ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ ਬਿਨਸ ਜਾਏ ਅਹਮੇਵ ਕਰ ਪ੍ਰਸਾਦ ਗੁਰਦੇਵ ਅਗਮ ਅਗੋਚਰ ਸੱਚ ਸਾਹਿਬ ਮੇਰਾ ਸੱਚ ਸਾਹਿਬ ਮੇਰਾ ਨਾਨਕ ਬੋਲੈ ਬੁਲਾਇਆ ਤੇਰਾ ਨਾਨਕ ਬੋਲੈ ਬੁਲਾਇਆ ਤੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਇਆ ਕਰੋ ਨਾਨਕ ਗੁਣ ਗਾਵੇ ਦਇਆ ਕਰੋ ਨਾਨਕ ਗੁਣ ਗਾਵੇ ਦਇਆ ਹੱਥ ਜੋੜ ਅਤੇ ਅੰਦਰ ਆਤਮਾ ਤੋਂ ਬੋਲੋ ਦਇਆ ਕਰੋ ਨਾਨਕ ਗੁਣ ਗਾਵੇ ਦਇਆ ਕਰੋ ਨਾਨਕ ਗੁਣ ਗਾਵੇ ਦਇਆ
ਮਿੱਠਾ ਲਗੈ ਤੇਰਾ ਭਾਣਾ, ਮਿੱਠਾ ਲਗੈ ਤੇਰਾ ਭਾਣਾ, ਮਿੱਠਾ ਜਿਹੜਾ ਭਾਣਾ ਸ਼ਬਦ ਹੈ ਇਹਦਾ ਮਤਲਬ ਹੁਕਮ। ਪਤਾ ਸੀ, ਪਤਾ ਸੀ ਕਿ ਨਹੀਂ, ਭਾਣੇ ਦੇ ਅੱਖਰੀ ਅਰਥ ਕੀ ਨੇ? ਹੁਕਮ। ਸੋ ਸਿੱਖ ਸਖਾ ਬੰਧਪ ਹੈ ਜੇ ਗੁਰ ਕੇ। ਅੱਗੇ ਆਓ, ਤੁਸੀਂ ਮੈਨੂੰ ਦੱਸੋ, ਇਹ ਤੁਸੀਂ ਪਕੜ ਲਿਆ ਵੀ ਸਿੱਖ ਉਹ ਹੈ ਜਿਹੜਾ ਗੁਰੂ ਦੇ ਹੁਕਮ 'ਚ ਬਾਣੀ ਦਾ ਹੁਣ ਅਰਥ ਕਰੀਏ। ਸੋ ਸਿੱਖ ਸਖਾ ਜੇ ਗੁਰ ਕੇ। ਪੁੱਛੋ ਆਪਣੇ ਆਪ ਨੂੰ, ਜਿੰਨੇ ਤੁਸੀਂ ਮੇਰੇ ਸਮੇਤ ਆਪਾਂ ਸਾਰੇ ਪੁੱਛੀਏ, ਕਿੰਨੇ ਕੁ ਹੁਕਮ 'ਚ ਆ, ਕਿੰਨੇ ਕੁ ਹੁਕਮ ਵਿੱਚ ਆ? ਪੈ ਵਿੱਚ ਪਵਨ ਵਹੈ ਸਦਵਾਓ, ਪੈ ਵਿੱਚ ਚੱਲੇ ਲੱਖ ਦਰਿਆਓ, ਪੈ ਵਿੱਚ ਅਗਨ ਕੱਢੇ, ਪੈ ਵਿੱਚ ਧਰਤੀ ਦੱਬੀ। ਜਿਤਨਾ ਇਹ ਸਾਰੀਆਂ ਚੀਜ਼ਾਂ ਕਿਸੇ ਦੇ ਹੁਕਮ 'ਚ ਚੱਲ ਰਹੀਆਂ, ਅੱਖ ਵਾਹਿਗੁਰੂ, ਦਿਨ ਕਿਸੇ ਦੇ ਹੁਕਮ 'ਚ ਚੱਲ ਰਿਹਾ, ਰਾਤ ਕਿਸੇ ਦੇ, ਜਿਹਨ ਦਿਨ ਕਰਕੇ ਕੀਤੀ, ਇਹ ਹੁਕਮ 'ਚ ਆ ਸਭ ਕੁਛ। ਤੁਸੀਂ ਪੁੱਛੋ ਅਤੇ ਮੈਂ ਪੁੱਛਦਾ, ਪੁੱਛੀਏ ਇੱਕ ਵਾਰ, ਸੱਜੀ ਮੁੱਜੀ ਪੁੱਛੋ ਆਪਣੇ ਆਪ ਨੂੰ। ਖਲੋਣਾ ਬੜਾ ਔਖਾ ਹੈ, ਅੰਦਰੋਂ ਖਲੋ ਕੇ ਆਪਣੇ ਨਾਲ ਗੱਲ ਕਰਨੀ ਬੜੀ ਔਖੀ ਆ। ਔਖੀ ਨਹੀਂ ਬੋਲੋ, ਕਿਸੇ ਨਾਲ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਨੇ, ਆਪਣੇ ਨਾਲ ਗੱਲ ਕਰਨੀ ਬੜੀ ਕਿਉਂ ਭਲਾ? ਥੋੜ੍ਹੇ ਜਿਹਾ ਬਰੀਕੀ ਨਾਲ ਪੜ੍ਹੋ। ਕਿਸੇ ਦਾ ਮੂੰਹ ਵੇਖਣਾ ਬੜਾ ਸੌਖਾ ਹੈ, ਆਪਣਾ ਵੇਖਣਾ ਬੜਾ ਔਖਾ ਹੈ। ਕਿਸੇ ਦੇ ਔਗਣ ਵੇਖਣੇ ਬੜੇ ਸੌਖੇ ਨੇ, ਮਗਰ ਆਪਣੇ ਔਗਣ ਵੇਖਣੇ ਔਖੇ ਲੱਗਦੇ ਆ। ਤੁਸੀਂ ਜਿੰਨੇ ਵੀ ਮੇਰੇ ਭੈਣ ਭਰਾ ਬੈਠੇ ਹੋ, ਅੰਦਰ ਆਤਮਾ 'ਚ ਜਾ ਕੇ ਆਪਣੇ ਆਪ ਨੂੰ ਪੁੱਛੋ ਵੀ ਮੇਰਾ ਗੁਰੂ ਕਹਿੰਦਾ ਵੀ ਸੋ ਸਿੱਖ ਸਖਾ ਬੰਧਪ ਹੈ ਭਾਈ ਜੇ ਗੁਰ ਕੈ ਭਾਣੇ ਵਿੱਚ ਆ। ਭਾਣੇ ਮੀਨਜ ਕੀ ਦੱਸਿਆ? ਕਿੰਨਾ ਕੁ ਮੰਨਦੇ ਆ? ਫਿਰ ਤੁਸੀਂ 2 ਕਰੋੜ ਗਿਣਤੀ ਰੱਖਿਓ ਅੱਖ ਵਾਹਿਗੁਰੂ ਵੀ ਅਸੀਂ 2.5 ਕਰੋੜ 2 ਕਰੋੜ ਸਿੱਖ ਹਾਂ। ਉਹਨੂੰ ਤਾਂ ਪੁੱਛ ਲਓ ਜਿਹਨੇ ਸਹਿਨ ਕਰਨੇ ਨੇ, ਜਿਹਨੇ ਕਿਸ ਗੱਲ ਦੇ ਵੀ ਇਹ ਸਿੱਖ ਹੈ ਵੀ ਕਿ ਨਹੀਂ। ਗਿਣਤੀ ਜਿੱਥੇ ਮਰਜ਼ੀ ਰੱਖਿਓ, ਉਹ ਜਦੋਂ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਪੈਣੀਆਂ ਨਾ, ਉਦੋਂ ਤੁਸੀਂ ਕੇਸ ਕੱਟੇ ਹੋਣਗੇ, ਸ਼ਰਾਬ ਪੀਂਦੇ ਹੋਗੇ, ਜੂਆ ਖੇਡਦੇ ਹੋਗੇ, ਸਮਝ ਰਹੇ ਹੋ? ਉੱਥੇ ਇੱਕ ਕਾਲਮ ਲਿਖਿਆ ਮੈਂ ਵੀ ਸਿੱਖ ਹਾਂ, ਕਿਹੜਾ ਕਿਸੇ ਨੇ ਪੁੱਛਣਾ ਹੈ? ਚੈੱਕ ਕਰਨ ਵਾਲੇ, ਵੋਟਾਂ ਲੈਣ ਵਾਲੇ ਆਪਸ ਉੱਤੇ, ਜਿੱਦਣ ਕਿਸੇ ਨੇ ਚੈੱਕ ਕਰਨਾ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਤੁਹਾਨੂੰ ਚੈੱਕ ਕਰਨਾ ਹੈ, ਅਤੇ ਇੱਕ ਨਾਲ ਗੱਲ ਲਿਖ ਦੇਣੀ ਰਹਿਣੀ ਰਹੇ,
ਖੁੱਲ੍ਹ ਕੇ ਬੋਲੋ, ਰਹਿਣੀ ਮਤਲਬ ਕੋਈ ਮੇਰਾ ਕਿਹੜਾ ਜਿਹੜਾ ਰਹਿਤ 'ਚ ਰਹਿੰਦਾ, ਫਿਰ ਤਾਂ ਗਿਣਤੀ ਬੜੀ ਘੱਟ ਹੋਣੀ। ਦੱਸੋ ਜੀ, ਫਿਰ ਤਾਂ ਪਾਣੀ ਵਿੱਚ ਕੋ ਵਿਰਲਾ ਆਇਆ। ਭਾਈ ਗੁਰਦਾਸ ਜੀ, ਪਾਣੀ ਵਿੱਚ ਕੋਈ ਵਿਰਲੀਆਂ ਰੂਹਾਂ ਹੁੰਦੀਆਂ ਜਿਹੜੀਆਂ ਗੁਰੂ ਦੇ ਹੁਕਮ 'ਚ ਚੱਲਦੀਆਂ, ਹੁਕਮ 'ਚ ਬਹਿੰਦੀਆਂ, ਹੁਕਮ 'ਚ ਉੱਠਦੀਆਂ। ਆਖੋ ਵਾਹਿਗੁਰੂ, ਹੁਕਮ 'ਚ ਬੋਲਦੀਆਂ, ਹੁਕਮ 'ਚ, ਹੁਕਮ 'ਚ ਖਾਂਦੀਆਂ, ਹੁਕਮ 'ਚ ਪੀਂਦੀਆਂ। ਪਕੜ ਰਹੇ ਹੋ ਭੈਣੋ ਬੱਚੀ ਹੋ? ਪਤਾ ਲੱਗ ਰਿਹਾ? ਕੱਲ ਵੀ ਕਿਹਾ ਸੀ, ਜਿਹਨੂੰ ਕਿਤੇ ਪਤਾ ਨਾ ਲੱਗੇ ਪੁੱਛਿਓ, ਮੇਰੇ ਵੱਡੇ ਭਾਗ ਹੋਣਗੇ, ਮੇਰੀ ਗੁਰੂ ਨਾਨਕ ਦੀ ਸਾਜੀ ਹੋਈ ਉਮਤ ਜਾਗ ਉੱਠੂਗੀ ਜਿੱਦਣ ਤੁਸੀਂ ਬਾਣੀ ਕਥਾ ਸੁਣਦੇ ਸੁਣਦੇ ਹੱਥ ਖੜਾ ਕਰਕੇ ਦੱਸੋਗੇ ਮੈਨੂੰ ਇਸ ਗੱਲ ਦਾ ਪਤਾ ਨਹੀਂ ਲੱਗਾ। ਤੁਸੀਂ ਪੁੱਛਿਆ ਕਰੋ ਮੈਨੂੰ, ਮੇਰੇ ਵੱਡੇ ਭਾਗ ਨੇ ਭਾਣੇ ਵਿੱਚ ਕੋ ਵਿਰਲਾ ਆਇਆ, ਬੋਲੋ। ਇਹਦਾ ਮਤਲਬ ਹੁਕਮ ਵਿੱਚ ਤਾਂ ਕੋਈ ਵਿਰਲਾ ਹੀ ਆ। ਖਾਣਾ ਇਹਦਾ ਆਪਣੇ ਹੁਕਮ ਦਾ, ਧਿਆਨ ਦਿਓ ਜੀ, ਖਾਣਾ ਇਹਦਾ ਆਪਣਾ ਹੀ ਹੁਕਮ ਆ। ਆਹ ਚੀਜ਼ ਖਾਓ, ਗੁਰੂ ਨੂੰ ਪੁੱਛੋ। ਪੀਣਾ ਅੱਜ ਦੇ ਸਿੱਖ ਦਾ, ਜਿਹਨੂੰ ਤੁਸੀਂ 2 ਕਰੋੜ ਕਹਿੰਦੇ ਹੋ, ਆਖੋ ਵਾਹਿਗੁਰੂ, ਪੀਣਾ ਆਪਣੇ ਹੁਕਮ 'ਚ ਹੋ ਗਿਆ। ਸਾਹਿਬ ਗੁਰੂ ਗ੍ਰੰਥ ਸਾਹਿਬ ਦਾ ਘਰ ਪ੍ਰਕਾਸ਼ ਕੀਤਾ, ਇਹ ਠੇਕਾ ਵੀ ਖੋਲ੍ਹਿਆ ਘਰ 'ਚ, ਉਹਨੂੰ ਵੀ ਸਿੱਖ ਹੀ ਲਿਖੋਗੇ। ਵੇਖੋ ਆਖਾਂ ਥੋੜ੍ਹੀ ਜਿਹੀ ਭਾਰ ਪਾਓ, ਹੋ ਸਕਦਾ ਹੈ ਇਹ ਫੇਸਬੁੱਕ 'ਤੇ 25,000 ਪੁਰਾਣੀ ਜਿਹੜਾ ਸੁਣ ਰਿਹਾ ਉਹਨਾਂ ਵਿੱਚੋਂ ਕਿਸੇ ਨੂੰ ਜਾਗ ਆ ਜਾਏ। ਤੁਸੀਂ ਤਾਂ ਜਾਗੇ ਹੀ ਲੱਗਦੇ ਹੋ, ਚੰਗੇ ਹੋ, ਅੰਮ੍ਰਿਤਧਾਰੀ ਬਹੁਤੀ ਸੰਗਤ ਬੈਠੀ, ਆਖੋ ਵਾਹਿਗੁਰੂ। ਘਰ 'ਚ ਹੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਘਰ 'ਚ ਹੀ ਧੀ ਨੇ ਵੀ ਭਰਵੱਟੇ ਕੱਟੇ ਆ, ਬੀਬੀ ਰਾਣੀ ਨੇ ਵੀ ਪਿੱਛੋਂ ਗੁੱਤ ਕੱਟੀ ਹੈ, ਆਖੋ ਵਾਹਿਗੁਰੂ। ਫਿਰ ਬੜੀ ਜੁਰਤ ਨਾਲ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਵੀ ਕਿ ਪ੍ਰਕਾਸ਼ ਕਰਦੀ, ਕੇਸ ਕੱਟੇ ਨੇ, ਕੇਸ ਕੱਟੇ ਨੇ ਪਿੱਛੋਂ, ਮਗਰ ਬੜੀ ਜੁਰਤ ਵੀ ਮੈਨੂੰ ਕੀ ਹੋ ਜਾਊ। ਹੁਕਮ ਵਾਲਾ ਬੰਦਾ ਬਹੁਤ ਡਰਦਾ ਹੈ, ਆਖੋ ਵਾਹਿਗੁਰੂ। ਗੱਜ ਕੇ ਬੋਲੋ ਨਾ, ਆ ਸੂਰਜ ਚੜ੍ਹਿਆ ਹੈ, ਈਸਟ ਤੋਂ ਚੜ੍ਹਦਾ ਜੀ, ਬੋਲੋ ਇੱਕ ਵਾਰ। ਸੂਰਜ ਈਸਟ ਤੋਂ ਚੜ੍ਹਦਾ ਹੈ ਹਮੇਸ਼ਾ ਹੀ, ਇਹਨੇ ਕਦੀ ਜ਼ਰੂਰਤ ਨਹੀਂ ਕੀਤੀ ਵੈਸਟ ਤੋਂ ਚੜ੍ਹਨ ਦੀ। ਹੁਕਮ 'ਚ ਆ ਵੀ ਹੁਕਮ ਤੂੰ ਇੱਧਰੋਂ ਚੜ੍ਹਨਾ ਹੈ, ਆਖੋ ਵਾਹਿਗੁਰੂ, ਅਤੇ ਤੂੰ ਇੱਥੇ ਜਾ ਕੇ ਅਸਤ ਹੋਣਾ ਹੈ। ਉਹਨੇ ਨਹੀਂ ਜ਼ਰੂਰਤ ਕੀਤੀ ਸਾਊਥ ਨੂੰ ਚੱਲ ਜਾ, ਕੀਤੀ? ਬੋਲੋ ਗੁਰੂ ਕੇ ਸਿੱਖੋ। ਉਹਨੇ ਨਹੀਂ ਜ਼ਰੂਰਤ ਕੀਤੀ ਨੌਰਥ ਨੂੰ ਚੱਲ ਜਾ, ਉਹਨੂੰ ਪਤਾ ਵੀ ਮੇਰਾ ਮੈਨੂੰ ਹੁਕਮ ਆ ਵੀ ਮੈਂ ਸਾਰੀ ਯਾਤਰਾ ਵੈਸਟ ਨੂੰ ਕਰਨੀ, ਲਹਿੰਦੇ ਨੂੰ ਕਰਨੀ, ਆਖੋ ਵਾਹਿਗੁਰੂ। ਪਾਣੀ ਨੂੰ ਹੁਕਮ ਆ ਤੂੰ ਨੀਵੇਂ ਨੂੰ ਜਾਣਾ ਹੈ, ਨੀਵੇਂ ਨੂੰ ਜਾਣਾ ਹੈ। ਕਦੀ ਉਹਨੇ ਜ਼ਰੂਰਤ ਨਹੀਂ ਕੀਤੀ ਤਾਂ ਉਹਨੂੰ ਜਾਣ ਦੀ, ਪਾਵਰ ਹੈ, ਆਖੋ ਵਾਹਿਗੁਰੂ, ਪਾਵਰ ਹੈ। ਪਾਣੀ ਜੋ ਮਰਜ਼ੀ ਕਰ ਸਕਦਾ ਤੁਹਾਡੇ ਸਾਹਮਣੇ, ਹੁਣ ਕੀਤਾ ਉਹਨੇ, ਜੋ ਮਰਜ਼ੀ ਕਰ ਸਕਦਾ ਹੈ, ਆਖੋ ਵਾਹਿਗੁਰੂ। ਇੱਕ ਸਿੱਖ ਦੀਆਂ ਇੰਨੀਆਂ ਲਗਾਮਾਂ ਖੁੱਲ੍ਹ ਗਈਆਂ ਤਾਂ ਫਿਰ ਵੀ ਕਹਿੰਦਾ ਮੈਂ ਗੁਰੂ ਕਾ ਸਿੱਖ ਹਾਂ, ਇਤਨੇ ਨਹੀਂ। ਉਹ ਸਿੱਖ ਹੈ ਜਿਹੜਾ ਗੁਰੂ ਦੇ ਹੁਕਮ 'ਚ ਚੱਲਦਾ ਹੈ, ਗੁਰੂ ਦੇ ਹੁਕਮ 'ਚ ਰਹਿਣ ਵਾਲੇ ਗੁਰਸਿੱਖ। ਆ ਪਰਸੋਂ
ਮਹਾਤਮਾ ਕੋਈ ਆਏ ਸੀ ਸਰੀਰ ਕਿਸੇ ਦੇ ਘਰ, ਮੈਂ ਵੀ ਬੈਠਾ ਸਾਂ, ਅੱਖਾਂ ਮਿੱਟੀਆਂ, ਕੀਰਤਨ ਹੋ ਰਿਹਾ ਸੀ, ਵਿੱਚੋਂ ਦੋ ਸ਼ਬਦ ਉਹਨਾਂ ਨੇ ਬੜੇ ਪਿਆਰੇ ਕੀਤੇ, ਅੱਖ ਵਾਹਿਗੁਰੂ। ਉਹ ਵਿਆਖਿਆ ਕਰਦੇ ਕਰਦੇ ਕਹਿੰਦੇ ਗੁਰਦੁਆਰੇ ਦੀ ਚੋਣ ਨਹੀਂ ਹੋਣੀ ਚਾਹੀਦੀ। ਸੁਣੋ, ਤੁਸੀਂ ਸਹਿਮਤ ਹੋ ਗਏ ਇਸ ਗੱਲ ਨਾਲ, ਇੱਥੇ ਇਲੈਕਸ਼ਨ ਨਹੀਂ। ਮੰਨਣਗੇ ਸਿੱਖ? ਇੱਕ ਤਾਂ ਜਦੋਂ ਤੁਸੀਂ ਇਲੈਕਸ਼ਨ ਕਰੋਗੇ ਕਿਸੇ ਨਿਤਨੇਮੀ ਸਿੱਖ ਦੀ ਕਰੋਗੇ, ਅੱਖ ਵਾਹਿਗੁਰੂ, ਪਕੜ ਨਹੀਂ ਰਿਹਾ, ਕਿੱਧਰ ਚਲੇ ਗਏ ਜੀ। ਜਦੋਂ ਤੁਸੀਂ ਕਿਸੇ ਇਲੈਕਸ਼ਨ ਕਰੋਗੇ ਤਾਂ ਕਿਸੇ ਜੀਵਨ ਵਾਲੇ ਸਿੱਖ ਦੀ ਕਰੋਗੇ ਨਾ, ਜਦੋਂ ਚੁਣਨਾ ਹੋਇਆ, ਸਿਲੈਕਸ਼ਨ, ਸੋਰੀ, ਅੱਖ ਵਾਹਿਗੁਰੂ। ਜਦੋਂ ਕਿਸੇ ਨੂੰ ਤੁਸੀਂ ਇਸ ਤਰ੍ਹਾਂ ਹੈ ਵੀ ਮੈਂ ਲਿਆਉਣਾ ਹੈ ਸਾਹਮਣੇ, ਅਤੇ ਕੀ ਕਹੋਗੇ? ਕੋਈ ਰਹਿਤਨਾਮੇ ਵਾਲਾ, ਰਹਿਤ ਵਾਲਾ ਸਿੱਖ ਅੱਗੇ ਆਵੇ, ਇਹੋ ਹੀ ਕਹੋਗੇ ਕਿ ਸ਼ਰਾਬ ਪੀਣ ਵਾਲਾ? ਜਦੋਂ ਹੁਣ ਤੁਸੀਂ ਵੋਟਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਉਹ ਲੋਕ ਆ ਗਏ ਜਿਨ੍ਹਾਂ ਦਾ ਦੂਰ ਦਾ ਵਾਸਤਾ ਵੀ ਨਹੀਂ ਗੁਰੂ ਗ੍ਰੰਥ ਸਾਹਿਬ ਨਾਲ। ਉਹਦੇ ਦੋ ਫਾਇਦੇ ਹੋਣਗੇ, ਅੱਖ ਵਾਹਿਗੁਰੂ। ਇੱਕ ਤਾਂ ਜੀਵਨ ਵਾਲੇ ਸਿੱਖਾਂ ਦੀ ਗਿਣਤੀ ਵਧੂ, ਪਕੜ ਰਹੇ ਹੋ ਕਿ ਨਹੀਂ ਜੀ? ਗੁਰੂ ਕੇ ਸਿੱਖੋ, ਜਦੋਂ ਜੀਵਨ ਵਾਲੇ ਸਿੱਖਾਂ ਨੂੰ ਤੁਸੀਂ ਅੱਗੇ ਲਿਆਓਗੇ ਤਾਂ ਜਿਹਦਾ ਦਿਲ ਕਰਦਾ ਕਮੇਟੀ 'ਚ ਆਉਣ ਨੂੰ, ਸਭ ਤੋਂ ਪਹਿਲਾਂ ਕੀ ਬਣਾਊਂਗਾ ਆਪਣਾ? ਬੋਲੋ, ਜੀਵਨ ਬਣਾਓ ਵੀ ਉੱਥੇ ਕਿਸੇ ਨੂੰ ਲੱਗਣ ਨਹੀਂ ਦਿੰਦੇ, ਉੱਥੇ ਉਹਨੂੰ ਚੁਣਦੇ ਨੇ, ਉੱਥੇ ਉਹਦੀ ਚੋਣ ਹੁੰਦੀ ਹੈ ਜਿਹੜਾ ਬੰਦਾ ਨਿਤਨੇਮੀ ਆ। ਬੋਲੋ ਕੀ ਹੈ? ਸਿਮਰਨ ਅਭਿਆਸੀ ਆ, ਉਹਦੀ ਚੋਣ ਹੁੰਦੀ। ਉਹ ਬੜਾ ਸੋਹਣਾ ਕਹਿੰਦਾ ਸੀ, ਦੂਸਰੀ ਗੱਲ ਉਹਨੇ ਮਹਾਤਮਾ ਨੇ ਕਹੀ, ਚੰਗੇ ਸੀ ਗੁਰਸਿੱਖ, ਅੰਮ੍ਰਿਤਧਾਰੀ ਸੀ, ਕੋਈ ਮੋਨੇ ਕੋਨੇ ਨਹੀਂ, ਕੋਈ ਉਦਾਸੀ ਨਹੀਂ, ਬਾਣੇ ਵਾਲੇ ਸਿੱਖ ਸੀ, ਅੱਖ ਵਾਹਿਗੁਰੂ। ਅਤੇ ਦੂਸਰੀ ਉਹ ਕਹਿੰਦੇ ਸੀ ਵੀ ਇੱਕ ਇਲੈਕਸ਼ਨਾਂ ਦੇ ਨਾਲ ਧੜੇਬਾਜ਼ੀ ਵੱਧਦੀ ਸਿੱਖਾਂ 'ਚ, ਵੱਧਦੀ ਕਿ ਨਹੀਂ? ਬੋਲੋ, ਗੁਰੂ ਕੇ ਸਿੱਖ ਮੰਨ ਰਹੇ ਹੋ? ਜਿੰਨੇ ਪਵਾੜੇ ਪਏ ਨੇ, ਜਿੰਨੇ ਗੁਰਦੁਆਰੇ ਨਵੇਂ ਬਣੇ ਨੇ, ਕਦ ਤੋਂ ਬਣੇ? ਅੱਜ ਜਿਹੜਾ ਪ੍ਰਧਾਨ ਆ ਉਹ ਕੱਲ੍ਹ ਨੂੰ ਪ੍ਰਧਾਨ ਨਹੀਂ, ਉਹਨੇ ਨਵਾਂ ਗੁਰਦੁਆਰਾ ਬਣਾ ਲਿਆ, ਇਹੋ ਹੀ ਕੁਝ ਹੋਇਆ ਕਿ ਨਹੀਂ? ਬੋਲੋ, ਗੁਰੂ ਕੇ ਸਿੱਖ। ਇਹ ਸਾਰੀਆਂ ਗੱਲਾਂ ਜਿੰਨੀਆਂ ਸੀ ਹੁਕਮ 'ਚ ਆਉਣ ਦੀਆਂ ਸੀ, ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਕਾ ਚਿਹਰਾ, ਅਤੇ ਅੱਗੇ ਤਾਂ ਹੋਰ ਦ੍ਰਿੜਤਾ ਨਾ ਕਿਹਾ, ਰਹਿਤ ਬਿਨਾ ਨੈ ਸਿੱਖ। ਪਤਾ ਨਹੀਂ ਕਿਤਨਾ ਖੋਨੇ ਆ, ਪਤਾ ਨਹੀਂ ਕਿੰਨੀ ਸਾਡੀ ਜ਼ਰੂਰਤ ਆ, ਸਾਡੇ ਅੰਦਰ ਕਿੰਨੀ ਹਿੰਮਤ ਪੈ ਗਈ ਵੀ ਗੁਰੂ ਦੇ ਸ਼ਬਦ ਨੂੰ ਵੀ ਕੱਟ ਕੇ ਫਿਰ ਵੀ ਮੈਂ ਸਿੱਖ ਹਾਂ ਜੀ, ਮੈਂ ਜੋ ਪਾਪ ਆ ਕਰਦਾ, ਧੀਆਂ ਮਾਰ ਦੇਣਾ ਘਰ 'ਚ, ਮੇਰੇ ਘਰ 'ਚ ਰੱਬ ਨਾ ਕਰੇ ਇੱਕ ਧੀ ਪੈਦਾ ਹੋ ਗਈ, ਦੂਸਰੀ ਆਉਣ ਵਾਲੀ ਹੈ, ਅਤੇ ਮੈਂ ਸਫਾਈ ਉਹਨੂੰ ਵਿਚਾਰੀ ਦਾ ਪੇਟ ਉੱਥੇ ਹੀ ਕੱਟ ਦੇਣਾ, ਗਲ ਕੱਟ ਦੇਣਾ ਉਹਦਾ ਪੇਟ ਵਿੱਚ ਹੀ, ਫਿਰ ਵੀ ਮੈਂ ਗੁਰੂ ਕਾ ਸਿੱਖ ਖਵਾਉਣਾ। ਗੁਰੂ ਨੇ ਕਿਹਾ, ਅੱਜ ਜਿਹਦਾ 550 ਸਾਲੇ ਪੁਰਬ ਦੀ ਤੁਸੀਂ ਸ਼ੁਰੂਆਤ ਕੀਤੀ ਆਪਾਂ ਸਾਰਿਆਂ ਨੇ, ਅੱਖ ਵਾਹਿਗੁਰੂ, ਉਹਨਾਂ ਕਿਹਾ ਨਾ ਦਾਜ ਦੇਣਾ ਹੈ, ਅੱਗੇ ਬੋਲੋ ਹੁਣ। ਬੜੀ ਬੇਸ਼ਰਮੀ ਨਾਲ ਲੋਕ ਲਈ ਜਾਂਦੇ, ਫਿਰ ਵੀ ਸਿੱਖ ਇਸ ਤਰ੍ਹਾਂ ਹੀ ਹੈ ਜੀ। ਅੱਖ ਵਾਹਿਗੁਰੂ, ਲਿਸਟਾਂ ਬਣਾ ਬਣਾ ਕੇ ਦਿੱਤੀਆਂ ਜਾਂਦੀਆਂ, ਇੰਨਾ ਸੋਨਾ ਚਾਹੀਦਾ, ਸੋਚੀ ਤਾਂ ਨਹੀਂ ਪੈ ਗਏ, ਫੜ ਰਹੇ ਹੋ ਨਾ, ਪਕੜ ਰਹੇ ਹੋ, ਲਿਸਟਾਂ ਬਣਾ ਕੇ ਦਿੱਤੀਆਂ ਜਾਂਦੀਆਂ ਵੀ ਇੰਨਾ ਸਾਨੂੰ ਸੂਟ ਚਾਹੀਦੇ ਨੇ, ਇੰਨਾ ਸੋਨਾ ਚਾਹੀਦਾ ਹੈ, ਇਹੋ ਜਿਹੀ ਕਾਰ ਚਾਹੀਦੀ ਹੈ, ਇਹੋ ਜਿਹੀ ਫਰਿੱਜ ਚਾਹੀਦੀ ਹੈ, ਇਹੋ ਜਿਹੀ ਮਸ਼ੀਨ ਚਾਹੀਦੀ। ਅੱਖ ਵਾਹਿਗੁਰੂ, ਤੁਸੀਂ ਇਹ ਸਾਰਾ ਕੁਝ ਕਰਕੇ ਗੁਰੂ ਕੇ ਸਿੱਖ ਨਹੀਂ ਬਣ ਸਕਦੇ ਆ। ਗੁਰੂ ਕਾ ਸਿੱਖ ਉਹ ਹੈ ਜਿਹੜਾ ਗੁਰੂ ਦੀ ਰਜ਼ਾ 'ਚ ਚੱਲਦਾ ਹੈ, ਅੱਖ ਵਾਹਿਗੁਰੂ। ਅਤੇ ਤੁਸੀਂ ਅੱਜ ਇਹ ਅਰਦਾਸ ਕਰੀ, ਦਇਆ ਕਰੋ, ਨਹੀਂ ਤੁਸੀਂ ਵੀ ਵਿਸ਼ਾ ਛੱਡ ਗਏ, ਨਾਨਕ ਗੁਣ ਗਾਵੇ ਮਿੱਠਾ ਲੱਗੇ ਤੇਰਾ ਭਾਣਾ। ਗਰੀਬ ਨਵਾਜ਼ ਹੱਥ ਜੋੜੋ, ਸਾਨੂੰ ਤੇਰਾ ਹੁਕਮ ਮਿੱਠਾ ਲੱਗੇ, ਜੇ ਤੂੰ ਕਹਿੰਦਾ ਅੰਮ੍ਰਿਤ ਵੇਲੇ ਉੱਠੋ
ਅਤੇ ਇਹ ਗੱਲ ਸਾਨੂੰ ਕੌੜੀ ਨਾ ਲੱਗੇ, ਲੱਗਦੀ ਆ ਕਿ ਨਹੀਂ ਬੋਲੋ ਗੁਰੂ ਕੇ ਸਿੱਖੋ। ਬਹੁਤ ਸਾਰੇ ਲੋਕ ਕਥਾ ਸੁਣ ਨਹੀਂ ਆਉਂਦੇ ਇਸ ਕਰਕੇ, ਉਹ ਯਾਰ ਇੱਕੇ ਗੱਲ 'ਤੇ ਜ਼ੋਰ ਦੇਈ ਜਾਂਦੇ, ਅੰਮ੍ਰਿਤ ਵੇਲੇ ਉੱਠੋ ਕੀ ਆਖੀਏ, ਬੋਲੋ ਤੁਸੀਂ ਬੋਲੋ, ਮੇਰੀਆਂ ਭੈਣਾਂ ਬੱਚੇ ਬੋਲੋ ਕੀ ਆਖੀਏ, ਵੀ ਸੁੱਤੇ ਰਿਹਾ ਕਰੋ ਸਾਰਾ ਦਿਨ। ਜੇ ਮੇਰਾ ਪਿਓ ਕਹਿਣ ਡਿਆ ਹੈ ਵੀ ਗੁਰ ਸਤਿਗੁਰ ਕਾ ਜੋ, ਅਤੇ ਜੇ ਉਸ ਉਪਦੇਸ਼ ਨੂੰ ਦ੍ਰਿੜ ਕਰਵਾਇਆ ਜਾ ਰਿਹਾ ਤਾਂ ਕੋਈ ਪਾਪ ਹੋ ਰਿਹਾ ਹੈ? ਜੇ ਗੁਰਦੁਆਰੇ ਕਿਹਾ ਜਾ ਰਿਹਾ ਭਾਈ ਸ਼ਰਾਬ ਨਾ ਪੀਆ ਕਰੋ, ਆਖੋ ਵਾਹਿਗੁਰੂ ਕੀ ਨਾ ਕਰੋ, ਅੱਧਿਆਂ ਦੀ ਆਵਾਜ਼ ਨਹੀਂ ਆਈ, ਬੋਲੋ ਨਾ ਗੁਰੂ ਕੇ ਸਿੱਖੋ, ਸ਼ਰਾਬ ਨਸ਼ਾ ਨਾ ਕਰਿਆ ਕਰੋ। ਉਹ ਭਾਈ ਸਾਹਿਬ ਜੀ ਉੱਥੇ ਤੀਕ ਕੋਈ ਗੱਲ ਘੜੀ ਮੁੜੀ ਸ਼ਰਾਬ ਨਾ ਪੀਓ, ਸ਼ਰਾਬ ਕੀ ਕਰੀਏ ਫਿਰ, ਪੀ ਜਾਇਆ ਕਰੋ ਠੇਕਿਆਂ 'ਤੇ। ਭਾਣੇ ਵਿੱਚ ਆਉਣਾ ਹੀ ਗੁਰੂ ਦੇ ਸਿੱਖ ਦੀ ਸਿੱਖੀ ਹੈ, ਆਖੋ ਵਾਹਿਗੁਰੂ, ਨਹੀਂ ਤਾਂ ਕੋਈ ਗੱਲ ਨਹੀਂ। ਤੈਨੂੰ ਇਹ ਆਵਾਜ਼ਾਂ ਨਹੀਂ ਮਾਰਦਾ, ਨਾ ਇਹਨੂੰ ਵੋਟਾਂ ਚਾਹੀਦੀਆਂ, ਇਹ ਵੀ ਗੱਲ ਨੋਟ ਕਰ ਲਈ, ਇਹਨੂੰ ਵੋਟਾਂ ਨਹੀਂ ਉਹ ਚਾਹੀਦੀਆਂ, ਇਹ ਵੋਟਾਂ ਨਾਲ ਗੁਰੂ ਨਹੀਂ ਮਿੱਥਿਆ। ਤੂੰ ਪ੍ਰਧਾਨ ਆਪਣਾ ਚੁਣ ਸਕਦਾ ਹੈ ਵੋਟਾਂ ਨਾਲ, ਮਗਰ ਗੁਰੂ ਤਾਂ ਵੋਟਾਂ ਨਾਲ ਨਹੀਂ, ਗੁਰੂ ਤਾਂ ਸਮਰੱਥ ਹੈ, ਸਦੈਵ ਅੰਗ ਪ੍ਰਧਾਨਿਆ, ਬੋਲੋ ਮਤਲਬ, ਇਹ ਤਾਂ ਸਦਾ ਲਈ ਪ੍ਰਧਾਨ ਨੇ, ਥਾਤੇ ਨੇ, ਇਹਨੂੰ ਤਾਂ ਕੋਈ ਵੀ ਚਾਰ ਵੋਟਾਂ ਘੱਟ ਪੈ ਗਈਆਂ, ਚਾਰ ਜ਼ਿਆਦਾ ਪੈ ਗਈਆਂ ਤਾਂ ਗੁਰੂ ਨੂੰ ਵੀ ਖਤਰਾ ਪੈ ਜੂ, ਅਤੇ ਗੁਰੂ ਆਖੋ ਚੱਲ ਕੋਈ ਗੱਲ ਨਹੀਂ, ਜਿਸ ਤਰ੍ਹਾਂ ਦੇ ਮਰਜ਼ੀ ਆ ਜਾਓ, ਇਹ ਬਾਦਲ ਨੂੰ ਦਿਓ, ਇਹ ਉਹਨਾਂ ਦੇ ਪ੍ਰਧਾਨਾਂ ਨੂੰ ਦਿਓ ਵੋਟਾਂ, ਇਹ ਉਹਨਾਂ ਕੋਲ ਗੁਰਿਆ ਵੀ ਚਲੋ ਜਿਸ ਤਰ੍ਹਾਂ ਦੇ ਮਰਜ਼ੀ ਆ ਜਾਓ, ਵੜ ਜਾਓ ਵਿੱਚ, ਬਣ ਜਾਓ ਪ੍ਰਧਾਨ। ਮੇਰਾ ਗੁਰੂ ਕਹਿੰਦਾ ਮੇਰੇ ਕੋਲ ਦੋ ਆਓ ਤੁਸੀਂ, ਆਖੋ ਵਾਹਿਗੁਰੂ, ਗੱਜ ਕੇ ਬੋਲੋ ਨਾ। ਚਮਕੌਰ ਦੀ ਗੜੀ 'ਚੋਂ ਜਦੋਂ ਨਿਕਲ ਕੇ ਮੇਰਾ ਸਤਿਗੁਰੂ ਗਿਆ ਸੀ, ਉਦਣ ਸਤਿਗੁਰੂ ਨਹੀਂ ਸੀ ਰਿਹਾ, ਬੋਲੋ ਬੋਲੋ ਜੀ ਗੁਰੂ ਕੇ ਸਿੱਖ ਕਿੰਨੇ ਸਿੱਖ ਸੀ ਨਾਲ? ਤਿੰਨ ਸੀ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਅਤੇ ਮਾਨ ਸਿੰਘ, ਤਿੰਨ ਸੀ। ਕੀ ਉਹਦੀ ਗੁਰੂ ਗੁਰਤਾ ਦੇ ਵਿੱਚ ਕੋਈ ਸ਼ਾਨ 'ਚ ਘਾਟਾ ਪੈ ਗਿਆ ਸੀ? ਮੈਂ ਕਹਿੰਦਾ ਇਸ ਧਰਤੀ ਦੇ ਉੱਤੇ ਉਹ ਹੀ ਆਖੇ ਮੈਂ ਸਿੱਖ ਹਾਂ ਜਿਹੜਾ ਨਿਤਨੇਮੀ ਆ, ਦੂਸਰਾ ਨਾ ਕਵੇ, ਜਿਹੜਾ ਰਜ਼ਾ ਵਿੱਚ ਪੂਰਾ ਆ। ਨਾ ਬਦਨਾਮੀ ਕਰਾਈਏ ਆਪਾਂ ਗੁਰੂ ਨਾਨਕ ਪਾਤਸ਼ਾਹ ਦੇ ਨਿਰਮਲ ਪੰਥ ਦੀ, ਮਾਰਿਆ ਸਿੱਕਾ ਜਗਤ ਵਿੱਚ ਨਾਨਕ, ਨਿਰਮਲ ਪੰਥ ਦੀ ਕਹਾਣੀ ਕੀ ਬਣਾ ਦਿੱਤੀ। ਅੱਜ ਅਰਦਾਸ ਕਰੋ ਮੇਰੀਆਂ ਭੈਣਾਂ, ਮੇਰੇ ਵੀਰ, ਗੁਰਸਿੱਖ ਜਿੰਨੇ ਬੈਠੇ ਹੋ, ਸੱਚੀ ਮੁੱਚੀ ਜੇ ਅੰਦਰੋਂ ਚੁੱਪ ਜੇ ਸੁਣ ਰਹੇ ਹੋ ਤਾਂ ਗੁਰੂ ਅੱਗੇ ਤਰਲਾ ਪਾ ਕੇ ਜਾਓ, ਦਇਆ ਕਰੋ ਨਾਨਕ ਗੁਣ ਗਾਵੇ, ਦਇਆ ਕਰੋ ਨਾਨਕ ਗੁਣ ਗਾਵੇ, ਦਇਆ ਆਹ ਅੰਦਰੋਂ ਕਿਉਂ, ਦਇਆ ਕਰੋ, ਦਇਆ ਕਰੋ, ਦਇਆ ਕਰੋ, ਦਇਆ ਕਰੋ, ਦਇਆ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਦਇਆ ਕਰੋ, ਧੰਨ ਸ੍ਰੀ ਗੁਰੂ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਦਇਆ ਕਰੋ, ਧੰਨ ਮਿੱਠਾ ਲੱਗੇ ਤੇਰਾ ਭਾਣਾ, ਮਿੱਠਾ ਲੱਗੇ ਤੇਰਾ ਭਾਣਾ, ਮਿੱਠਾ ਸਿੱਖ ਭਾਈ ਮੂਲਾ ਜੀ, ਆਖੋ ਏ ਗੁਰੂ, ਭਾਈ ਉੱਚੀ ਬੋਲਿਆ ਕਰੋ, ਭਾਈ ਕਿਹੜੇ ਗੁਰੂ ਦੇ ਵੇਲੇ ਹੋਇਆ, ਨਹੀਂ ਗੁਰੂ ਨਾਨਕ ਸਾਹਿਬ ਦੇ ਵੇਲੇ, ਆਖੋ ਏ ਗੁਰੂ। ਬੜਾ ਕਿਰਤੀ ਸਿੱਖ, ਸਿਦਕੀ ਸਿੱਖ, ਜੀਵਨ ਵਾਲਾ ਸਿੱਖ,
ਇੱਕ ਚੋਰ ਆ ਗਿਆ ਇਹਦੇ ਘਰ ਅੱਖ ਵਾਹਿਗੁਰੂ ਅਤੇ ਕੱਪੜੇ ਸਿੱਖਾਂ ਵਾਲੇ ਪਾ ਕੇ ਆ ਗਿਆ। ਬਾਬੇ ਨਾਨਕ ਦੇ ਪੁੱਤਰੋ ਇਹਨੂੰ ਸਿੱਖੀ ਕਹਿੰਦੇ ਆ। ਚੋਰ ਨੇ ਠੱਗ ਨੇ ਗੋਲ ਪੱਗ ਬੰਨ ਲਈ ਮੇਰੇ ਵਰਗੀ ਅੱਖ ਵਾਹਿਗੁਰੂ ਉੱਚੀ ਬੋਲਿਆ ਕਰੋ ਵਾਹਿਗੁਰੂ 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 ਗੋਲ ਪੱਗ ਬੰਨ ਲਈ ਆਣ ਕੇ ਦਰਵਾਜ਼ਾ ਖੜਕਾਇਆ ਭਾਈ ਮੁੜਿਆ ਮੈਂ ਗੁਰੂ ਨਾਨਕ ਦਾ ਸਿੱਖ ਹਾਂ। ਕਿੰਨੇ ਚੋਰ ਨੇ ਠੱਗ ਨੇ ਠੱਗ ਨੇ। ਭਾਈ ਮੂਲੇ ਨੇ ਬਾਣਾ ਵੇਖਿਆ ਗੁਰੂ ਦਾ। ਹੁਣ ਤਾਂ ਆਪਾਂ ਦਸਤਾਰਾਂ ਲਾਉਂਦੇ ਨਾ ਇੱਕ ਦੂਸਰੇ ਦੀਆਂ, ਦਸਤਾਰ ਵੇਖੀ ਗੁਰੂ ਦੀ ਬਖਸ਼ੀ ਅੱਖ ਵਾਹਿਗੁਰੂ ਅਤੇ ਬਾਣਾ ਵੇਖਿਆ ਗੁਰੂ ਦਾ ਬਖਸ਼ਿਆ ਹੱਥ ਜੋੜੇ ਆਓ ਜੀ ਜੀ ਆਇਆਂ ਨੂੰ ਬੈਠੋ ਪ੍ਰਸ਼ਾਦਾ ਪਾਣੀ ਛਕਾਇਆ। ਠੱਗ ਨੂੰ ਪ੍ਰਸ਼ਾਦਾ ਪਾਣੀ ਛਕਾਇਆ ਮੀਂਹ ਪੈਣ ਲੱਗ ਪਿਆ ਮੀਂਹ ਪੈਣ ਲੱਗ ਪਿਆ ਇਤਨਾ ਸਾਖੀ 'ਚ ਲਿਖਿਆ। ਮੂਲੇ ਦੇ ਘਰ ਦੀ ਨੇ ਹੁਣ ਤਾਂ ਅਲਮਾਰੀਆਂ ਨੇ ਤੁਹਾਡੇ ਕੋਲ ਚਾਬੀਆਂ ਲੱਗੀਆਂ ਆਲਾ ਆਲਾ ਪਤਾ ਜੀ ਕੀ ਨਹੀਂ ਇਸ ਤਰ੍ਹਾਂ ਦੇ ਕੰਧਾਂ 'ਚ ਬਣਾਏ ਹੁੰਦੇ ਸੀ ਉਹਦੇ 'ਚ ਹੀ ਰੱਖੇ ਹੁੰਦੇ ਸੀ ਗਹਿਣੇ ਗੁਣੇ ਉੱਥੇ ਕਿੱਥੇ ਸੇਫਾਂ ਸੀ ਉਦੋਂ ਅੱਖ ਵਾਹਿਗੁਰੂ। ਆਲੇ ਦੇ ਵਿੱਚ ਕੁਛ ਸੋਨੇ ਦੇ ਜੇਵਰ ਪਏ ਸੀ ਪਕੜ ਰਹੇ ਹੋ ਸੋਨੇ ਦੇ ਜੇਵਰ ਪਏ ਸੀ ਅਤੇ ਠੱਗ ਨੇ ਵੇਖੇ। ਹੁਣ ਠੱਗ 'ਤੇ ਕੀ ਕਰਨ ਆਇਆ ਸੀ ਠੱਗੀ ਮਾਰਨ ਆਇਆ ਸੀ ਉਹ ਤਾਂ ਉੱਥੇ ਸੌਣ ਥੋੜ੍ਹਾ ਆਇਆ ਸੀ ਉਹਨੂੰ ਤਾਂ ਨੀਂਦ ਠੱਗ ਨੂੰ ਕਿੱਥੋਂ ਆਵੇ ਅੱਖ ਵਾਹਿਗੁਰੂ। ਉਹਨੇ ਜਦੋਂ ਬਾਰੀ ਖੋਲ੍ਹੀ ਅਤੇ ਉਹਦੀ ਨਜ਼ਰ ਪਈ ਸੋਨੇ 'ਤੇ। ਭਾਈ ਮੂਲਾ ਜੀ ਬਾਹਰ ਬਰਾਂਡੇ 'ਚ ਸੁੱਤੇ ਸੀ ਅਤੇ ਚੋਰ ਨੂੰ ਪਿਛਲੇ ਕਮਰੇ 'ਚ ਅਸਲੀ ਵਿੱਚ ਜਿਹੜਾ ਇੱਕੋ ਹੀ ਕਮਰਾ ਸੀ ਉੱਥੇ ਸਵਾਇਆ ਸੀ। ਇੰਨੀ ਸਿੱਖ ਸਿੱਖ ਦੀ ਕਦਰ ਕਰਦਾ ਸੀ ਉਹਨੂੰ ਤਾਂ ਨਹੀਂ ਨਾ ਪਤਾ ਉਹਨੇ ਤਾਂ ਕੀ ਵੇਖਿਆ ਦਸਤਾਰ ਅਤੇ ਬਾਣਾ ਵੇਖਿਆ ਨਾ ਅਤੇ ਇੰਨੀ ਕਦਰ ਕੀਤੀ ਵੀ ਤੁਸੀਂ ਅੰਦਰ ਸੌਂ ਜੀ ਮੈਂ ਬਾਹਰ ਬਰਾਂਡੇ 'ਚ ਸੌਂਦਾ ਠੰਡ ਵਿੱਚ ਮੈਂ ਸੌਂਦਾ ਤੁਸੀਂ ਅੰਦਰ ਸੌਂ ਤੁਸੀਂ ਗੁਰੂ ਕੇ ਧੰਨ ਨੇ ਮੇਰੇ ਭਾਗ ਵੀ ਮੇਰੇ ਘਰ ਇੱਕ ਸਿੱਖ ਆਇਆ। ਇਹ ਦਸਤਾਰ ਅਤੇ ਦਾੜਾ ਇੱਕ ਮਿੰਟ ਲਈ ਮੈਂ ਤੁਹਾਡਾ ਬੰਨੇ ਜਾਣ ਲੱਗਾ ਅੱਖ ਵਾਹਿਗੁਰੂ। ਜਦੋਂ ਭਾਈ ਮਰਦਾਨਾ ਤੁਰਨ ਲੱਗਾ ਗੁਰੂ ਨਾਨਕ ਸਾਹਿਬ ਤੋਂ ਵੀ ਮਹਾਰਾਜ ਮੈਨੂੰ ਛੁੱਟੀ ਦਿਓ ਅਤੇ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਆਖਿਆ ਮਰਦਾਨਿਆ ਇੰਨਾ ਚਿਰ ਤੂੰ ਮੇਰੇ ਨਾਲ ਕੀਰਤਨ ਕੀਤਾ ਹੈ ਕੋਈ ਭੇਟਾ ਨਹੀਂ ਚਾਹੀਦੀ ਸੁਣਿਓ ਅਸੀਂ ਤਾਂ ਮੂੰਹ ਪਾੜ ਪਾੜ ਕੇ ਮੰਗਦੇ ਹਾਂ ਨਾ 31,000 ਹਾਂ ਸ਼ਾਬਾਸ਼ ਜਿਉਂਦੇ ਰਹੋ। ਮਹਿਸੂਸ ਕਰਨਾ ਹੈ ਮੈਂ ਆਪ ਜੀ ਨੂੰ ਨਹੀਂ ਕਹਿ ਰਿਹਾ ਕਿਸੇ ਨੂੰ ਵੀ ਜਿਹੜਾ ਮੈਂ ਵੀ ਤਾਂ ਹੈਗਾ ਹੀ ਹਾਂ ਕਥਾਵਾਚਕ ਵੀ ਤਾਂ ਹੈਗਾ ਹੀ ਹੈ 31,000 51,000 21,000 ਮੰਗਦੇ ਨਾ ਅਤੇ ਭਾਈ ਮਰਦਾਨਾ ਜਿਹਨੇ ਕੀਰਤਨ ਵੀ ਗਾਇਆ ਅਤੇ ਪਕਸ਼ੀ ਮੁਗਧ ਹੋ ਗਏ ਪਾਣੀ ਖਲੋ ਗਏ ਹਵਾਵਾਂ ਖਲੋ ਗਈਆਂ ਨਿਸ਼ਕਾਮ ਕੀਰਤਨ ਜਦੋਂ ਕੀਤਾ ਅੱਖ ਵਾਹਿਗੁਰੂ। ਮਹਾਰਾਜ ਕਹਿੰਦੇ ਮਰਦਾਨਿਆਂ ਕੋਈ ਭੇਟਾ ਨਹੀਂ ਲੈਣੀ ਕਹਿੰਦਾ ਨਹੀਂ ਮਹਾਰਾਜ ਤੁਹਾਡੀ ਅਸੀਸ ਬਹੁਤ ਆ ਮੇਰਾ ਮਾਲਕ ਕਹਿੰਦਾ ਮੈਂ ਤੈਨੂੰ ਦੇਣਾ ਚਾਹੁੰਦਾ ਕੁਛ ਮੰਗ ਅਤੇ ਭਾਈ ਮਰਦਾਨੇ ਨੇ ਆਖਿਆ ਗਰੀਬ ਨਿਵਾਜ ਮੈਂ ਹਾਂ ਬੱਚਾ ਵੈਸੇ ਉਮਰ 'ਚ ਵੱਡੇ ਕੌਣ ਪਤਾ ਹੈ ਨਾ ਇਸ ਗੱਲ ਦਾ ਇਤਿਹਾਸ ਪੜ੍ਹਿਆ ਕਿ ਨਹੀਂ ਗੁਰੂ ਨਾਨਕ ਸਾਹਿਬ ਨਾਲੋਂ ਉਮਰ ਵਿੱਚ ਵੱਡੇ ਨੇ ਮਹਾਰਾਜ ਮੈਂ ਹਾਂ ਬੱਚਾ ਬੁੱਧੀ ਕਰਕੇ ਤੁਸੀਂ ਤੂੰ ਸਮਰੱਥ ਵੱਡਾ
ਮੇਰੀ ਮੱਤ ਥੋੜ੍ਹੀ ਨਾਮ। ਆ ਬੱਚਾ ਆ ਤੁਹਾਡੇ ਪਿੱਛੇ, ਹਾਂ ਹਾਂ ਬੁੱਤ ਇਤਰ ਵੇ ਮੇਰਾ ਲਾਲ ਸੁਚੇਤ ਹੋ, ਤੂੰ ਤਾਂ ਬਹੁਤ ਥੱਕਿਆ ਲੱਗਦਾ ਹੈ, ਸਤਸੰਗਤ ਦੀ ਭੱਠੀ 'ਤੇ ਬਹਿ ਕੇ ਤਾਂ ਲਾਲ ਹੋ ਜਾਈਦਾ, ਅੱਖ ਵਾਹਿਗੁਰੂ। ਅਤੇ ਮਰਦਾਨੇ ਨੂੰ ਗਰੀਬ ਨਿਵਾਜ ਕਹਿੰਦੇ ਤੂੰ ਮੰਗ, ਕਹਿੰਦਾ ਮੈਨੂੰ ਮੰਗਣਾ ਨਹੀਂ ਆਉਂਦਾ। ਗਰੀਬ ਨਿਵਾਜ ਪਾਤਸ਼ਾਹ ਕਹਿੰਦੇ ਮਰਦਾਨਿਆ ਫਿਰ ਮੈਂ ਦਾਂ ਆਪਣੀ ਖੁਸ਼ੀ ਨਾਲ ਦਾਂ। ਹਾਂ ਮਹਾਰਾਜ ਤੁਹਾਡੀ ਖੁਸ਼ੀ ਤਾਂ ਬਹੁਤ ਵੱਡੀ ਕਹਾਣੀ ਹੈ, ਤੁਸੀਂ ਖੁਸ਼ ਹੋ ਕੇ ਦਿਓ, ਮੈਨੂੰ ਕੀ ਭੇਟਾ ਦੇਣੀ ਚਾਹੁੰਦੇ ਹੋ। ਕਹਿੰਦੇ ਤੈਨੂੰ ਦਾੜਾ ਅਤੇ ਦਸਤਾਰ ਬਖਸ਼ੀ। ਆ ਜਿਹੜੀ ਹੁਣ ਰੋਲਤੀ ਆ ਨਾ ਸਿੱਖਾਂ ਨੇ ਮਾਰ ਕੇ ਹੱਥ ਸਿੱਖ ਦੀ, ਸਿੱਖ ਨੇ ਲਾ ਦਿੱਤੀ, ਦਾੜੇ 'ਚ ਵੀ ਹੱਥ ਪਾ ਲਿਆ, ਪਾਉਂਦੇ ਕਿ ਨਹੀਂ ਬੋਲੋ ਗੁਰੂ ਜੀ? ਕਦੀ ਨੀਵਾਂ ਸਿਰ ਕਰਕੇ ਸੋਚੋਗੇ ਕੀ ਕਰ ਰਹੇ ਹੋ? ਆਖੋ ਹੇ ਗੁਰੂ ਤੈਨੂੰ ਦਾੜਾ ਅਤੇ ਦਸਤਾਰ ਬਖਸ਼ੀ। ਹੱਥ ਜੁੜੇ ਮਰਦਾਨੇ ਦੇ, ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਹੈ, ਤੇਰੀ ਦਾਤ ਆ ਮੈਂ ਝੋਲੀ 'ਚ ਪਵਾਈ। ਇੱਕ ਗੱਲ ਮੈਨੂੰ ਕਹਿ ਜੋ, ਦੱਸ ਜੋ, ਮੇਰੇ ਬੱਚਿਆਂ ਦੀ ਰੋਟੀ ਦਾ ਕੋਈ ਇੰਤਜ਼ਾਮ ਕਰ ਦਿਓ। ਗਰੀਬ ਨਿਵਾਜ ਨੇ ਆਖਿਆ ਜਿੰਨਾ ਚਿਰ ਦਸਤਾਰ ਅਤੇ ਦਾੜਾ ਤੇਰੇ ਘਰ 'ਚ ਰਹੂਗਾ, ਸੁਣ ਰਹੇ ਹੋ ਜੀ, ਦਸਤਾਰ ਤੇਰੇ ਘਰ 'ਚ ਰਹੂ, ਉਹਨਾਂ ਚਿਰ ਤੇਰੇ ਕੁੱਤਿਆਂ ਕੋਲੋਂ ਰੋਟੀ ਨਹੀਂ ਮੁੱਕੂ। ਨਹੀਂ ਪਤਾ ਲੱਗਾ ਤੇਰੇ ਕੋਲੋਂ ਤਾਂ ਕੀ, ਜਿਹੜੇ ਬਾਹਰ ਬੂਹੇ ਅੱਗੇ ਕੁੱਤੇ ਬੈਠੇ ਹੋਣਗੇ ਨਾ, ਕੁੱਤੇ ਉਹ ਵੀ ਭੁੱਖੇ ਨਹੀਂ ਸੌਣਗੇ ਮਰਦਾਨਿਆ, ਜਿੰਨਾ ਚਿਰ ਬੋਲੋ ਭੈਣੋ ਤੁਸੀਂ ਵੀ ਦਾੜਾ ਅਤੇ ਦਸਤਾਰ ਸਿਰ 'ਤੇ ਰਹੂਗੀ। ਦਸਤਾਰ ਬੱਧੀ ਸੀ, ਉਹਨੂੰ ਪਿੱਛੇ ਸਵਾਇਆ, ਆਪ ਬਰਾਂਡੇ 'ਚ ਸੁੱਤਾ, ਹੁਣ ਉਹਨੂੰ ਨੀਂਦ ਨਹੀਂ ਸੀ ਆਉਂਦੀ। ਅੱਖ ਵੇਖ ਰੂ ਕਿਹਨੂੰ ਭਲਾ, ਚੋਰ ਨੂੰ ਠੱਗ ਨੂੰ। ਉਹ ਉੱਠਿਆ, ਉਹਨੇ ਭਾਈ ਮੂਲੇ ਦੀ ਘਰ ਦੀ ਦੇ ਜਿੰਨੇ ਗਹਿਣੇ ਸੀ ਉਹਨਾਂ ਨੂੰ ਚੁੱਕ ਕੇ ਆਪਣੇ, ਅਸੀਂ ਨੇਂਗ ਕਹਿੰਦੇ ਹਾਂ, ਨੇਂਗ 'ਚ ਦੇ ਲਏ। ਅੱਖ ਵੇਖ ਰੂ ਨੇਂਗ 'ਚ ਦੇ ਕੇ ਬਾਹਰ ਭਾਈ ਮੂਲੇ ਨੂੰ ਜਾ ਕੇ ਠਾਉਂਦਾ ਹੈ, ਭਾਈ ਮੂਲਿਆ ਮੈਂ ਬਾਹਰ ਜੰਗਲ ਪਾਣੀ ਜਾਣਾ ਹੈ। ਆਪਾਂ ਜੰਗਲ ਪਾਣੀ ਕਹਿੰਦੇ ਸੌਣ 'ਤੇ, ਤੁਸੀਂ ਵਾਸ਼ਰੂਮ ਬਣੇ ਆ। ਅੱਖ ਵਾਹਿਗੁਰੂ ਅਤੇ ਬੂਹਾ ਖੋਲ੍ਹ। ਅਤੇ ਭਾਈ ਮੂਲੇ ਨੇ ਇੱਥੋਂ ਤੱਕ ਆਖਿਆ ਅੱਖ ਵਾਹਿਗੁਰੂ ਵੀ ਤੂੰ ਇੱਥੇ ਜਿੱਥੇ ਮਰਜ਼ੀ ਇਹ ਕਿਰਿਆ ਕਰ ਲਾ ਅਤੇ ਮੈਂ ਹੱਥਾਂ ਨਾਲ ਬਾਹਰ ਸੁੱਟ ਆਊਂਗਾ, ਇਹ ਵੀ ਸੇਵਾ ਹੈ। ਭਾਈ ਮੂਲੇ ਜੀ ਨੇ ਇੱਥੋਂ ਤੱਕ ਔਫਰ ਕੀਤੀ, ਕਹਿੰਦਾ ਨਹੀਂ ਉਹ ਚੋਰ ਸੀ ਉਹਨੇ ਤਾਂ ਭੱਜਣਾ ਸੀ। ਅੱਖ ਵਾਹਿਗੁਰੂ ਉਹ ਕਹਿੰਦਾ ਨਹੀਂ ਮੈਂ ਬਾਹਰ ਜਾਣਾ। ਭਾਈ ਮੂਲੇ ਨੇ ਦਰਵਾਜ਼ਾ ਖੋਲ੍ਹਿਆ, ਉੱਧਰੋਂ ਇਹਦੀ ਨੇਘ ਦੇ ਵਿੱਚੋਂ ਗਹਿਣੇ ਡਿੱਗ ਪਏ। ਚੋਰ ਦੇ ਨੇਘ ਵਿੱਚੋਂ ਗਹਿਣੇ ਡਿੱਗ ਪਏ ਅਤੇ ਭਾਈ ਮੂਲੇ ਨੇ ਪਛਾਣ ਲਏ। ਮਗਰ ਭਾਈ ਮੂਲਾ ਕਹਿੰਦਾ ਭਾਈ ਸਾਹਿਬ ਜੀ ਉਹ ਗੁਰੂ ਕਿਆ ਸਿੱਖਾ, ਤੇਰੀ ਕੋਈ ਚੀਜ਼ ਡਿੱਗ ਪਈ, ਦੁਬਾਰਾ ਜੇਬ 'ਚ ਪਾ ਲਾ। ਅੱਖ ਵਾਹਿਗੁਰੂ ਹੌਲੀ ਬੋਲਦੇ ਹੋ, ਤੇਰੀ ਕੋਈ ਜੇਬ 'ਚ ਪਾ ਲਾ। ਫਿਰ ਉਹਨੇ ਫਿਰ ਬਸ਼ਰਮ ਮੇਰੇ ਵਰਗੇ ਨੇ ਚੁੱਕ ਕੇ ਜੇਬ 'ਚ ਪਾ ਨੇਗ 'ਚ ਦੇ ਲਏ, ਭੱਜ ਗਿਆ। ਸਵੇਰਾ ਹੋਇਆ, ਮੂਲੇ ਦੀ ਘਰ ਦੀ ਵੇਖਣ ਗਈ ਅੱਖ ਵਾਹਿਗੁਰੂ। ਜਦੋਂ ਮੂਲੇ ਦੇ ਘਰ ਦੀ ਨੇ ਆਲਾ ਖੋਲ੍ਹਿਆ ਅਤੇ ਵਿੱਚ ਕੋਈ ਗਹਿਣਾ ਨਹੀਂ, ਹੈ ਮੇਰੇ ਗਹਿਣੇ ਕਿੱਥੇ ਗਏ, ਹੈ ਮੇਰੇ ਗਹਿਣੇ ਕਿੱਥੇ ਗਏ। ਔਰਤ ਨੂੰ ਗਹਿਣਾ ਬੜਾ, ਤੁਸੀਂ ਬੋਲੋ ਜੀ ਇੱਧਰ ਲੈ, ਨਹੀਂ ਤੁਸੀਂ ਬੋਲੋ, ਬੜਾ ਬੜਾ 2 ਕਿਲੋ ਸੋਨਾ ਪਾ ਸਕਦੀਆਂ, ਸਰਬਲੋ ਦਾ ਕੜਾ ਐਡਾ ਵੀ ਹੋਵੇ ਤਾਂ ਕਿੰਨੇ ਭਾਰਾ ਲੱਗਦਾ ਹੈ। ਆਖੋ ਵਾਹਿਗੁਰੂ ਮੇਰੇ ਗਹਿਣੇ ਕਿੱਥੇ ਗਏ। ਭਾਈ ਮੂਲੇ ਨੇ ਆਖਿਆ ਕੋਈ ਗੱਲ ਨਹੀਂ, ਹੌਂਸਲਾ ਰੱਖ, ਕਿਤੇ ਨਹੀਂ ਗਏ, ਇੱਥੇ ਹੀ ਹੋਣਗੇ। ਨਹੀਂ ਜੀ ਆਲੇ 'ਚੋਂ ਤਾਂ ਕਿਤੇ ਜਾ ਨਹੀਂ ਸਕਦੇ। ਉਹ ਲੈ ਗਿਆ ਜਿਹੜਾ ਰਾਤੀ ਸਿੱਖ ਆਇਆ ਸੀ। ਕੌਣ ਕਹਿੰਦੀ?
ਘਰ ਵਾਲੀ ਕਹਿੰਦੀ ਉਹ ਲੈ ਗਿਆ ਜਿਹੜਾ ਰਾਤੀਂ ਸਿੱਖ ਆਇਆ ਸੀ। ਭਾਈ ਮੂਲੇ ਨੇ ਉਹਦੇ ਮੂੰਹ ਦੇ ਉੱਤੇ ਇਸ ਤਰ੍ਹਾਂ ਹੱਥ ਰੱਖ ਕੇ ਆ ਗਿਆ, ਕਮਲੀਏ ਗੁਰੂ ਕੇ ਸਿੱਖ ਵੀ ਕਦੀ ਚੋਰੀ ਕਰਦੇ ਆ? ਆ ਸੁਣਿਓ ਗੁਰੂ ਕੇ ਸਿੱਖੋ, ਜੇ ਤੁਹਾਡੀ ਅਤੇ ਮੇਰੀ ਜ਼ਿੰਦਗੀ 'ਚ ਕਿਤੇ ਚੋਰੀ ਛੁਪੀ ਪਈ ਆ ਨਾ, ਬੇਈਮਾਨੀ ਛੁਪੀ ਪਈ, ਤਾਂ ਕੱਢ ਕੇ ਸੁੱਟ ਦਿਓ। ਵੇਖੋ ਇੱਕ ਜਿਹਦੇ ਘਰ ਚੋਰੀ ਹੋ ਗਈ ਉਹਦਾ ਹਿਰਦਾ ਕੀ ਕਹਿ ਰਿਹਾ ਵੀ ਗੁਰੂ ਕਾ ਸਿੱਖ ਕਦੀ ਚੋਰੀ ਨਹੀਂ ਕਰ ਸਕਦਾ। ਭਾਈ ਮੂਲੇ ਦੇ ਘਰ ਦੀ ਫਿਰ ਬੋਲੀ ਗਈ, ਕਹਿਣ ਲੱਗਾ ਮੈਂ ਤੈਨੂੰ ਨਵੇਂ ਬਣਾ ਦੂੰਗਾ, ਕੱਲ੍ਹ ਨੂੰ ਭਾਵੇਂ ਪੈਲੀ ਵੇਚਾਂ ਕੁਝ ਵੇਚਾਂ, ਮੈਂ ਤੈਨੂੰ ਗਹਿਣੇ ਬਣਾ ਦੂੰਗਾ, ਮਗਰ ਆਪਣੇ ਮੂੰਹ 'ਚੋਂ ਇਹ ਨਾ ਕਹਿਆ ਵੀ ਗੁਰੂ ਕਾ ਸਿੱਖ ਚੋਰੀ ਕਰ ਗਿਆ। ਚੁੱਪ ਹੋ ਗਈ ਗੱਲ, ਪਿੰਡ ਵਾਲਿਆਂ ਵੀ ਕਿਹਾ ਉਹ ਸਿੱਖ ਲੈ ਗਿਆ। ਉਹ ਭਾਈ ਮੂਲੇ ਨੇ ਕਿਹਾ ਨਹੀਂ ਸਿੱਖ ਨਹੀਂ, ਸਿੱਖ ਨਹੀਂ, ਸਿੱਖ ਨਹੀਂ ਕਰ ਸਕਦਾ, ਇਹਨੇ ਕਿਤੇ ਰੱਖ ਲਿਆਉਣਗੇ, ਭੁੱਲ ਗਈ ਉਹ, ਕੋਈ ਗੱਲ ਨਹੀਂ, ਉਹ ਮੇਰਾ ਮੈਟਰ ਆ ਕਰਦਾ। ਆਖੋ ਵਾਹਿਗੁਰੂ। ਐਸਾ ਹੋਇਆ ਤੀਸਰੇ ਦਿਨ ਮੇਰਾ ਸਾਹਿਬ ਗੁਰੂ ਨਾਨਕ ਪਾਤਸ਼ਾਹ ਦੋ ਜਹਾਨ ਦਾ ਮਾਲਕ ਭਾਈ ਮੂਲੇ ਦੇ ਘਰ ਆ ਗਿਆ। ਆਖੋ ਵਾਹਿਗੁਰੂ। ਕੌਣ? ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ। ਆਹ ਗੁਰ ਵੱਡ ਭਾਗੀ ਪਾਇਆ, ਐਸਾ ਗੁਰ ਵੱਡ ਭਾਗੀ ਪਾਇਆ, ਗੁਰ ਵੱਡ ਜਾਹਰ ਪੀਰ ਜਗਤ ਗੁਰ ਬਾਬਾ, ਜਾਹਰ ਪੀਰ ਜਗਤ ਗੁਰ ਬਾਬਾ, ਜਾਹਰ ਨਮੋ ਰਾਜ ਰਾਜੇ, ਨਮੋ ਰਾਜ ਰਾਜੇ, ਨਮੋ ਆਹ ਨਮੋ ਸਾਜ ਸਾਜੇ, ਨਮੋ ਸਾਜ ਸਾਜੇ, ਨਮੋ ਗੱਜ ਕੇ ਸਭ ਤੇ ਵੱਡਾ ਸਤਿਗੁਰ ਨਾਨਕ, ਸਭ ਤੇ ਵੱਡਾ ਸਤਿਗੁਰ ਨਾਨਕ, ਸਭ ਜਿਨ ਕਲ ਰਾਖੀ ਮੇਰੀ, ਜਿਨ ਕਲ ਰਾਖੀ ਮੇਰੀ, ਜਿਨ ਹੱਸੂ ਹੱਸੂ ਕਰਦਾ ਚਿਹਰਾ, ਲੰਬਾ ਉੱਚਾ ਬਾਬਾ ਮਰਦਾਨੇ ਨੂੰ ਨਾਲ ਲੈ ਕੇ ਭਾਈ ਮੂਲੇ ਦੇ ਘਰ ਆ ਗਿਆ। ਆਖੋ ਵਾਹਿਗੁਰੂ। ਦੋ ਮਿੰਟ ਬੈਠੇ, ਭਜਨ ਬਲਾਸ ਹੋਏ, ਜਲ ਪਾਣੀ ਛਕਿਆ। ਭਾਈ ਮੂਲਿਆ, ਮੈਨੂੰ ਪਿੰਡ ਵਿੱਚੋਂ ਪਤਾ ਲੱਗਾ ਤੇਰੇ ਘਰ ਚੋਰੀ ਹੋ ਗਈ, ਧਿਆਨ ਦਿਓ ਜੀ, ਤੁਹਾਨੂੰ ਪਰਸੋਂ ਕਿਹਾ ਸੀ ਇੱਧਰ ਉੱਧਰ ਨਹੀਂ ਜਾਣਾ, ਤੇਰੇ ਘਰ ਕਿੰਨੇ ਪੁੱਛਿਆ? ਗੁਰੂ ਨਾਨਕ ਸਾਹਿਬ ਨੇ ਮੈਨੂੰ ਪਤਾ ਲੱਗਾ ਪਿੰਡ ਵਿੱਚੋਂ ਲੋਕਾਂ ਨੂੰ ਦੱਸਿਆ ਵੀ ਤੇਰੇ ਘਰ ਚੋਰੀ ਹੋ ਗਈ, ਅਤੇ ਮੈਨੂੰ ਇਹ ਵੀ ਪਤਾ ਲੱਗਾ ਵੀ ਤੇਰੇ ਘਰ ਕੋਈ ਸਿੱਖ। ਸ਼ਾਬਾਸ਼, ਜਿਉਂਦੇ ਰਹੋ, ਪਕੜ ਰਹੇ ਹੋ, ਫਿਰ ਸਿੱਖ ਆਇਆ ਸੀ? ਕਹਿੰਦੇ ਹਾਂ ਮਹਾਰਾਜ, ਆਇਆ ਸੀ, ਮੇਰੇ ਵੱਡੇ ਭਾਗ ਸੀ, ਮੇਰੇ ਘਰ ਗੁਰੂ ਕੇ ਸਿੱਖ ਨੇ ਦਰਸ਼ਨ ਦਿੱਤੇ। ਪਤਾ ਹੈ ਸਾਰੀ ਗੱਲ ਦਾ? ਪਤਾ ਹੈ, ਪਕੜ ਰਹੇ ਹੋ ਜੀ, ਗਏ ਤਾਂ ਨਹੀਂ ਕਿਤੇ? ਮੇਰੇ ਵੱਡੇ ਭਾਗ ਨੇ ਵੀ ਗੁਰੂ ਕੇ ਸਿੱਖ ਨੇ ਦਰਸ਼ਨ ਦਿੱਤੇ, ਚਰਨ ਪਾਏ ਮੇਰੇ ਘਰ 'ਚ, ਇਸ ਗੱਲ ਦਾ ਵੀ ਪਤਾ ਵੀ ਉਹ ਚੋਰੀ ਕਰਕੇ ਲੈ ਗਿਆ, ਵੇਖ ਵੀ ਲਿਆ ਸੀ ਕਹਿਣੇ। ਆਖੋ ਵਾਹਿਗੁਰੂ। ਧੰਨ ਗੁਰੂ ਨਾਨਕ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਜੀ, ਕਹਿੰਦੇ ਮੂਲਿਆ ਤੇਰੇ ਘਰ ਚੋਰੀ ਵੀ ਹੋਈ? ਕਹਿੰਦੇ ਹਾਂ। ਕਹਿੰਦੇ ਮਹਾਰਾਜ,
ਮਹਾਰਾਜ ਪਾਤਸ਼ਾਹ ਕਹਿੰਦੇ ਉਹ ਜਿਹੜਾ ਸਿੱਖ ਆ ਗਿਆ ਕਿਤੇ ਉਹ ਤਾਂ ਨਹੀਂ ਲੈ ਗਿਆ, ਇਹ ਪੁੱਛਦੇ ਪਕੜਦੇ ਹੋ ਕਿ ਨਹੀਂ ਸਮਝ ਲੱਗ ਰਹੀ, ਉਹ ਸਿੱਖ ਜਿਹੜਾ ਆਇਆ ਉਹ ਤਾਂ ਨਹੀਂ ਲੈ ਗਿਆ। ਅਤੇ ਭਾਈ ਮੂਲੇ ਨੇ ਹੱਥ ਜੁੜ ਕੇ ਆਖਿਆ ਸਤਿਗੁਰੂ ਜਿਹਦੇ ਨਾਮ ਨਾਲ ਸਿੱਖ ਜੁੜ ਗਿਆ ਹੋਵੇ ਉਹ ਚੋਰੀ ਕਰ ਸਕਦਾ ਹੈ? ਉਹ ਬਾਬੇ ਨਾਨਕ ਦੇ ਪੁੱਤਰੋ ਥੋੜ੍ਹਾ ਜਿਹਾ ਅੰਦਰ ਸੋਚੋ, ਸੋਚੋ ਜਿੱਦਣ ਕੋਈ ਸਿੱਖ ਚੋਰੀ ਕਰਦਾ ਫੜਿਆ ਜਾਂਦਾ ਹੈ, ਆਖੋ ਵਾਹਿਗੁਰੂ, ਜਿੱਦਣ ਕੋਈ ਸਿੱਖ ਸੜਕ ਦੇ ਉੱਤੇ ਸ਼ਰਾਬੀ ਦੀ ਹਾਲਤ 'ਚ ਘੁੰਮਦਾ ਹੈ, ਮੈਂ ਤੁਹਾਨੂੰ ਥੋੜ੍ਹਾ ਜਿਹਾ ਮੁਖਾਤਬ ਹੋਣਾ ਹੈ, ਤੁਸੀਂ ਤਾਂ ਬੈਠੇ ਬਾਣਿਆਂ ਵਾਲੇ ਹੋ, ਇੱਥੇ ਜਿੰਨੇ ਤੁਸੀਂ ਸਟੂਡੈਂਟ ਪੜ੍ਹਨ ਆਏ ਹੋ ਤੁਸੀਂ ਸਾਡੇ ਸਰੂਪ ਨੂੰ ਉਜਾਗਰ ਕਰਨਾ ਹੈ। ਇੱਥੇ ਉਹ ਵੀ ਬੱਚੇ ਆਏ ਨੇ ਜਿਨ੍ਹਾਂ ਨੇ ਪੁਲਿਸ ਮੁਕਾਬਲਿਆਂ 'ਚ ਬੱਚੇ ਮਾਰੇ ਨੇ ਅਤੇ ਉਹਨਾਂ ਦੇ ਬੱਚੇ ਵੀ ਆਏ ਆ, ਆਖੋ ਵਾਹਿਗੁਰੂ, ਤੁਸੀਂ ਪਕੜ ਨਹੀਂ ਰਹੇ ਗੱਲ, ਉਹਨਾਂ ਦੇ ਬੱਚੇ ਵੀ ਬੇਹਯਾ ਪੈਸਾ ਉਹਨਾਂ ਕੋਲ, ਵੱਡੀਆਂ ਗੱਡੀਆਂ ਖਰੀਦੀਆਂ ਤੁਸੀਂ ਵੀ ਵੇਂਦੇ ਹੋਗੇ, ਇੱਥੇ ਨਹੀਂ ਸਰੀ ਅਤੇ ਟੋਰਾਂਟੋ ਵਿੱਚ ਬਹੁਤ ਨੇ, ਆਖੋ ਵਾਹਿਗੁਰੂ, ਮੈਨੂੰ ਨਹੀਂ ਪਤਾ ਇਹ ਸ਼ਹਿਰ ਦਾ ਬੂਤਾ, ਵੱਡੀਆਂ ਵੱਡੀਆਂ ਗੱਡੀਆਂ ਉਹਨਾਂ ਦੇ ਸਲੰਸਰ ਖੋਲ੍ਹੇ, ਫਰੜ ਫਰੜ ਕਰਦੀਆਂ ਗੱਡੀਆਂ ਲੈ ਕੇ, ਸਿਰਾਂ 'ਤੇ ਟੋਪੀਆਂ ਪਾਈਆਂ, ਨਸ਼ੇ ਕੀਤੇ, ਪੰਗਾਂ ਪੀਤੀਆਂ, ਮਗਰ ਪਿੱਛੇ ਲਿਖਿਆ ਢਿੱਲੋਂ, ਪਿੱਛੇ ਲਿਖਿਆ ਬਾਜਵਾ, ਪਿੱਛੇ ਲਿਖਿਆ ਸੰਧੂ। ਤੁਸੀਂ ਜਿੰਨੇ ਬੱਚੇ ਹੋ ਦਮਾਲਿਆਂ ਵਾਲੇ, ਪੁੱਤਰ ਤੁਸੀਂ ਸਿੱਖੀ ਦੇ ਕਿਰਦਾਰ ਨੂੰ, ਕਰੈਕਟਰ ਨੂੰ ਉਜਾਗਰ ਕਰਨਾ ਹੈ। ਤੁਸੀਂ ਗੁਰੂ ਦੀ ਹਜ਼ੂਰੀ 'ਚ ਬੈਠੇ ਹੋ, ਆਹ ਵੇਖੋ, ਇੱਧਰ ਵੇਖੋ, ਗੱਲ 'ਚ ਪੱਲਾ ਪਾ ਕੇ ਤੁਹਾਨੂੰ ਕਹਿੰਦਾ, ਜ਼ਿੰਦਗੀ ਇਸ ਤਰ੍ਹਾਂ ਦਾ ਕਿਰਦਾਰ ਲੋਕਾਂ ਨੂੰ ਵਿਖਾਓ ਵੀ ਲੋਕ ਕਹਿਣ ਵਾਹ ਵਾਹ ਸਿੱਖ ਹੋਵੇ ਅਤੇ ਇਸ ਤਰ੍ਹਾਂ ਦਾ, ਇਸ ਤਰ੍ਹਾਂ ਦਾ ਕਿਰਦਾਰ ਬਣਾ ਕੇ ਵਿਖਾਓ। ਆਖੋ ਵਾਹਿਗੁਰੂ, ਜਦੋਂ ਕਿਹਾ ਚੋਰੀ ਉਹ ਤਾਂ ਨਹੀਂ ਕਰਕੇ ਲੈ ਗਿਆ, ਅਤੇ ਮੇਰੇ ਸਾਹਿਬ ਨੇ ਆਖਿਆ, ਭਾਈ ਮੂਲਾ ਜੀ ਕਹਿੰਦੇ ਜਿਹਦੇ ਨਾਮ ਨਾਲ ਸਿੱਖ ਜੁੜ ਗਿਆ, ਮਹਾਰਾਜ ਉਹ ਚੋਰੀ ਕਰ ਸਕਦਾ ਹੈ? ਮਹਾਰਾਜ ਅੰਦਰੋਂ ਜਾਣਦੇ ਸੀ, ਦੋ ਵਾਰ ਪੁੱਛਿਆ, ਤਿੰਨ ਵਾਰ ਪੁੱਛਿਆ, ਤੀਸਰੀ ਵਾਰ ਭਾਈ ਮੂਲਾ ਕਹਿੰਦਾ ਨਹੀਂ ਮਹਾਰਾਜ, ਸਿੱਖ ਚੋਰੀ ਕਰ ਹੀ ਨਹੀਂ ਸਕਦਾ। ਅਤੇ ਪਾਤਸ਼ਾਹ ਨੂੰ ਕੀ ਪਤਾ ਸੀ ਵੀ ਚੋਰੀ, ਪਾਤਸ਼ਾਹ ਵੀ ਜਾਣਦੇ ਸੀ ਵੀ ਉਹ ਕਰਕੇ ਲੈ ਗਿਆ। ਮਹਾਰਾਜ ਪਾਤਸ਼ਾਹ ਕਹਿੰਦੇ ਮੂਲਿਆ ਮੈਨੂੰ ਪਤਾ ਹੈ, ਤੈਨੂੰ ਵੀ ਪਤਾ ਹੈ ਵੀ ਚੋਰੀ ਉਹਨੇ ਕੀਤੀ, ਮਗਰ ਜੇ ਤੂੰ ਮੇਰੇ ਸਰੂਪ 'ਤੇ ਪੜਦਾ ਪਾਇਆ ਹੈ ਨਾ, ਧਿਆਨ ਦਿਓ, ਮੇਰੇ ਸਰੂਪ 'ਤੇ ਵੀ ਚੋਰੀ ਦਾ ਨਾਂ ਉਹਨੂੰ ਨਹੀਂ ਲਾਇਆ, ਸਰੂਪ 'ਤੇ ਪੜਦਾ ਪਾਇਆ ਹੀ, ਅਤੇ ਮੂਲਿਆ ਅਸੀਂ ਦਰਗਾਹ ਵਿੱਚ ਤੇਰੇ ਪੜਦੇ ਟੱਕਾਂਗੇ। ਇਹ ਸਾਡਾ ਤੁਹਾਡਾ ਵਚਨ ਰਿਹਾ ਮੂਲਿਆ, ਤੂੰ ਸਿੱਖੀ ਦੇ ਪੜਦੇ ਟੱਕੇ ਨੇ, ਅਸੀਂ ਦਰਗਾਹ 'ਚ ਤੇਰੇ ਪੜਦੇ ਟੱਕਾਂਗੇ। ਨਿਰਗੁਣ ਰਾਖ ਲਈਆ ਸੰਤਨ ਕਾ ਸਦਕਾ, ਸਤਿਗੁਰ ਢਾਕ ਲਈਆ ਮੋਹ ਪਾਪੀ ਪੜਦਾ। ਐਸੇ ਮੇਰੇ ਸਤਿਗੁਰੂ ਦੀਨ ਦਿਆਲ ਜਿਹੜੇ ਧਰਤੀ 'ਤੇ ਆਣ ਕੇ ਕਰਦਾਰ ਸਿਖਾ ਗਏ, ਸੋ ਸਿੱਖ ਸਫਾ ਬੰਧਪ ਹੈ ਭਾਈ, ਜੇ ਗੁਰ ਕਹਿ ਹੁਕਮ 'ਚ ਆਉਣਾ ਸਿੱਖੋ। ਜਿੰਨੇ ਤੁਸੀਂ ਆਏ ਹੋ, ਜਿੰਨੇ ਬਜ਼ੁਰਗ ਹੋ, ਮੈਂ ਇਹ ਨਹੀਂ ਵੀ ਤੁਹਾਨੂੰ ਨਹੀਂ ਮੁਖਾਤਬ ਹੋ ਰਿਹਾ, ਤੁਸੀਂ ਜ਼ਿੰਦਗੀ ਦੇ ਸਵਾਸ ਜਿੰਨੇ ਨੇ ਅੱਜ ਤੋਂ ਤੋਬਾ ਕਰੋ, ਵਿਖਾਓ ਸਿੱਖੀ ਕੀ ਹੁੰਦੀ, ਵਿਖਾਓ ਸਿੱਖੀ ਕਿਹਨੂੰ ਕਹਿੰਦੇ? ਆਖੋ ਵਾਹਿਗੁਰੂ। ਮਸਕੀਨ ਸਾਹਿਬ ਨੂੰ ਕਿਸੇ ਨੇ ਪੁੱਛਿਆ, ਧਿਆਨ ਦਿਓ ਜੀ, ਸੋਹਣੀ ਤਰ੍ਹਾਂ ਬੈਠੋ, ਮਸਕੀਨ ਸਾਹਿਬ ਨੂੰ ਕਿਸੇ ਨੇ ਪੁੱਛਿਆ, ਜੇ ਸਿੱਖੀ ਇੰਨੀ ਪਿਆਰੀ ਅਤੇ ਇੰਨੀ ਸਤਿਕਾਰੀ ਹੋਈ ਚੀਜ਼ ਹੈ, ਅਤੇ ਫਿਰ ਜਿ ਦੁਨੀਆ ਵਿੱਚ ਸਿੱਖੀ ਥੋੜ੍ਹੇ ਕਿਉਂ ਨੇ ਸਿੱਖ? ਆਖੋ ਵਾਹਿਗੁਰੂ। ਅਤੇ ਮਸਕੀਨ ਸਾਹਿਬ ਦਾ ਜਵਾਬ ਸੀ, ਦੁਨੀਆ ਦੇ ਉੱਤੇ ਬਹੁਤ ਸਾਰੇ ਪਹਾੜ ਨੇ ਪੱਥਰ ਦੇ, ਮਗਰ ਉਹਨਾਂ ਵਿੱਚ ਹੀਰੇ, ਬੋਲੋ, ਦੁਨੀਆ ਵਿੱਚ ਜੰਗਲ ਬਹੁਤ ਨੇ ਮਗਰ ਚੰਦਨ ਦੇ ਬੂਟੇ ਬਹੁਤ ਥੋੜ੍ਹੇ ਨੇ। ਇਤਰਾਂ ਹੀ ਕਿੰਨੇ ਪ੍ਰਮਾਣ ਮਸਕੀਨ ਸਾਹਿਬ ਨੇ ਦਿੱਤੇ ਵੀ ਜਿਹੜੀ ਚੀਜ਼ ਦੁਰਲੱਭ ਹੁੰਦੀ ਉਹ ਹੁੰਦੀ ਥੋੜ੍ਹੀ ਆ, ਮਗਰ ਉਹ
ਹੋਂਦ ਨਾ ਖਤਮ ਹੋਣ ਦਿਓ। ਜਿੱਥੇ ਜਿੱਥੇ ਤੁਸੀਂ ਰਹਿੰਦੇ ਹੋ ਬੱਚੇ, ਜਿਨ੍ਹਾਂ ਦੇ ਅਪਾਰਟਮੈਂਟ 'ਚ ਰਹਿੰਦੇ ਹੋ, ਆਖੋ ਵਾਹਿਗੁਰੂ, ਉਹ ਯਾਦ ਕਰਨ, ਸਾਡੇ ਘਰ ਅੰਮ੍ਰਿਤਧਾਰੀ ਬੱਚੇ ਠਹਿਰਨ, ਸਮਝ ਰਹੇ ਹੋ ਜੀ, ਉਹ ਸਾਡੇ ਕਰਤਾਰ ਤੋਂ ਯਾਦ ਕਰਨ ਵੀ ਸਾਡੇ ਘਰ ਕੋਈ ਬੱਚਾ ਆਣ ਕੇ ਕਿਰਾਏ 'ਤੇ ਰਹੇ, ਉਹ ਅੰਮ੍ਰਿਤਧਾਰੀ ਹੋਵੇ। ਸਵੇਰੇ ਉੱਠੋ, ਇਸ਼ਨਾਨ ਕਰੋ, ਜਦੋਂ ਉਹਨਾਂ ਨੂੰ ਮਿਲੋ ਆਖੋ ਵਾਹਿਗੁਰੂ, ਨਿੱਕੀ ਨਿੱਕੀ ਗੱਲ ਤੋਂ ਝਗੜੇ ਨਾ ਕਰੋ, ਨਿੱਕੀ ਨਿੱਕੀ ਗੱਲ ਤੋਂ ਇੱਕ ਦੂਸਰੇ ਦੇ ਨਾਲ ਬੈਸੋ ਨਾ, ਸਾਰੀ ਸਾਰੀ ਰਾਤ ਢੋਲ ਢਮੱਕੇ ਨਾ ਕਰੋ, ਟਾਈਮ ਨਾਲ ਸੌਂ ਜਾਓ, ਟਾਈਮ ਨਾਲ ਉੱਠੋ, ਨਿਤਨੇਮ ਕਰੋ, ਕੰਮ 'ਤੇ ਜਾਓ, ਪੜ੍ਹਾਈ ਕਰੋ, ਇਸ ਤਰ੍ਹਾਂ ਦਾ ਕਿਰਦਾਰ ਵਿਖਾਈਏ ਅਸੀਂ ਸਮਾਜ ਨੂੰ, ਤਾਂ ਕਿ ਸਿੱਖੀ ਦੀ ਆ ਹੁਣ ਇੱਕ ਰਵੀ ਸਿੰਘ ਆ, ਆਖੋ ਵਾਹਿਗੁਰੂ, ਇੱਕ ਬੋਲੋ, ਸਾਰੀ ਦੁਨੀਆ ਨੇ ਤਾਂ ਮੂੰਹ ਵੱਲ ਵੇਖਿਆ, ਵੇਖਿਆ ਵੇਖਿਆ ਕਿ ਨਹੀਂ, ਬੋਲੋ ਗੁਰੂ ਕਿਸੇ ਛਪਾ ਲਾ, ਇੰਡੀਆ ਦੇ ਮੀਡੀਆ ਨੂੰ ਕਹੋ ਛਪਾ ਦੇ ਰਵੀ ਸਿੰਘ ਨੂੰ, ਪੂਰੀ ਛਪਾਉਣ ਦੀ ਕੋਸ਼ਿਸ਼ ਕੀਤੀ, ਕੀਤੀ ਕਿ ਨਹੀਂ, ਬੋਲੋ ਗੁਰੂ ਕਿਸੇ ਕੋ, ਕਿਸੇ ਵੀ ਨੇਪਾਲ ਜਾ ਕੇ ਸੇਵਾ ਕੀਤੀ ਨਹੀਂ ਦਿਖਾਇਆ, ਕਸ਼ਮੀਰ ਜਾ ਕੇ ਸੇਵਾ ਕੀਤੀ ਨਹੀਂ ਦਿਖਾਇਆ, ਸਾਰੀ ਦੁਨੀਆ ਦੇ ਉੱਤੇ ਉਹਨੂੰ ਛਪਾਉਣਾ ਚਾਹੁੰਦੇ ਸੀ, ਮਗਰ ਜਿਹਦੇ ਅੰਦਰ, ਜਿਹਨਾਂ ਅੰਦਰ ਸੱਚ ਹੈ, ਸੇਜਨ ਛਪੇ ਨਾ ਕਿਸੇ ਦੇ ਛਪਾਏ, ਬੋਲੋ ਸੇਜਨ, ਹੌਲੀ ਬੋਲ ਦਿਓ, ਸੇਜਨ, ਜਿਹਨਾਂ ਦੇ ਕੋਲ ਸੱਚ ਦਾ ਸੂਰਜ ਆ ਉਹ ਇੱਕ ਦਿਨ ਚੜ੍ਹ ਕੇ ਹੀ ਰਹਿੰਦਾ ਹੈ। ਅੱਜ ਗਰੀਬ ਨਵਾਜ ਪਾਤਸ਼ਾਹ ਦਇਆ ਕਰੇ, ਕਿਸੇ ਦੀ ਮੱਝ ਮਰ ਗਈ ਆ ਅਤੇ ਉਹਦੇ ਤੱਕ ਮੱਝ ਲੈ ਕੇ ਜਾ ਰਿਹਾ ਹੈ, ਕਿਸੇ ਦੇ ਘਰ ਬਿਸਤਰਾ ਨਹੀਂ ਅਤੇ ਉਹਦੇ ਘਰ, ਇਹੀ ਤਾਂ ਸਿੱਖੀ ਆ, ਇਹੀ ਤਾਂ ਗੁਰੂ ਨਾਨਕ ਦਾ ਮਿਸ਼ਨ ਹੈ, ਨਾਨਕ ਨਾਮ ਚੜ੍ਹਦੀ ਕਲਾ ਸਰਬੱਤ ਦਾ ਭਲਾ ਕਰਨਾ। ਤੁਸੀਂ ਵੀ ਬਾਬੇ ਨਾਨਕ ਦੇ ਪੁੱਤਰੋ, ਮੈਂ ਤੁਹਾਨੂੰ ਹੱਥ ਜੋੜ ਕੇ ਅੱਜ ਦੀ ਪੌੜੀ ਵੱਲ ਆਵਾਂ, ਆਖੋ ਵਾਹਿਗੁਰੂ, ਦਸਵੰਧ ਕੱਢਦੇ ਹੋ, ਬੋਲੋ ਚੌਂਕੜੇ ਮਾਰ ਕੇ, ਸੋਹਣੀ ਤਰ੍ਹਾਂ ਮੈਨੂੰ ਦੱਸੋ, ਦਸਵੰਧ ਕੱਢਦੇ ਹੋ, ਕਿਸੇ ਬਾਬੇ ਨੂੰ ਨਾ ਦਿਓ ਦਸਵੰਧ, ਕਿਸੇ ਹੌਲੀ ਹੋ ਗਿਆ, ਦਿੰਦੇ ਹੋ ਕਿਤੇ ਫਤਿਹਨਗਰ ਵਾਲੇ ਹੋ, ਦਿੰਦੇ ਹੋ, ਕਿਸੇ ਬਾਬੇ ਨੂੰ ਨਹੀਂ ਸੋਨੇ ਲਈ, ਕਿਸੇ ਨੂੰ ਨਹੀਂ ਪੱਥਰ ਲਈ, ਇੱਥੇ ਦਿਓ ਹੁਣ, ਅਤੇ ਕਿਤੇ ਜਾ ਕੇ ਦੇਣਾ ਵੀ ਨਹੀਂ ਪੈਣਾ, ਘਰ ਘਰ ਹੀ ਔਨਲਾਈਨ ਅਕਾਊਂਟ ਪਿਆ ਹੈ, ਪਾਓ ਉਹਦੇ ਵਿੱਚ, ਇਹ ਤੁਹਾਡਾ ਪੈਸਾ ਲੱਗੂਗਾ, ਜਿੱਥੇ ਮੇਰਾ ਕਹਿੰਦਾ ਗਰੀਬ ਦਾ ਮੂੰਹ, ਉੱਚੀ ਬੋਲੋ ਗੁਰੂ ਦੀ। ਅੱਜ ਉਹਨਾਂ ਨੂੰ ਸਰਕਾਰ ਮਾਰਨਾ ਚਾਹੁੰਦੀ, ਸਰਕਾਰ ਨੇ ਉਹਨਾਂ ਨੂੰ ਇੱਕ ਵੀ ਪੈਸਾ ਮਦਦ ਨਹੀਂ ਦਿੱਤੀ, ਮੇਰਾ ਬਾਬਾ ਨਾਨਕ ਆਵੇ ਕਿਸੇ ਸਰੂਪ ਵਿੱਚ ਸਿੱਖ ਦੇ 'ਚ, ਜਿਹੜਾ ਆਖੇ ਕੋਈ ਨਹੀਂ ਪੁੱਤਰਾ ਜਿਸਦਾ ਸਾਹਿਬ ਡਾਢਾ ਹੋਏ, ਤੁਸੀਂ ਸਾਹਿਬ ਦੇ ਰੂਪ ਵਿੱਚ ਇੱਕ ਇੱਕ ਪੈਸਾ ਆਪਣਾ ਉਹਨਾਂ ਦੇ ਅਕਾਊਂਟ ਵਿੱਚ ਆਪਾਂ ਪਾਈਏ, ਤਾਂ ਕਿ ਧਰਮ ਦੇ ਕੰਮ 'ਤੇ ਲੱਗ ਸਕੇ। ਅੱਜ ਦੀ ਪੌੜੀ ਦੀ ਵਿਚਾਰ ਹੁਣ ਆਪਾਂ ਕਰਾਂਗੇ, ਇੱਕ ਵਾਰ ਜਪੋ, ਵਾਹਿਗੁਰੂ 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 ਵਾਹਿਗੁਰੂ, ਜੁੜੋ ਪੂਰੇ।
ਅਖ ਸਤਨਾਮ ਸ੍ਰੀ ਵਾਹਿਗੁਰੂ। ਅੱਜ ਆਪਾਂ ਜਿਹੜਾ ਆਪ ਜੀ ਨਾਲ ਭਜਨ ਕੀਤਾ ਸੀ ਵੀ ਇੱਕ ਪੌੜੀ ਥੋੜ੍ਹੀ ਜਿਹੀ ਆਵਾਜ਼ ਉੱਚੀ ਕਰਨੀ, ਆਵਾਜ਼ ਉੱਚੀ ਕਰਨੀ ਥੋੜ੍ਹੀ ਜਿਹੀ, ਇੱਕ ਪੌੜੀ ਆਪਾਂ ਵਿਚਾਰਿਆ ਕਰਾਂਗੇ ਅਤੇ ਤੁਸੀਂ ਉੱਥੇ ਦਰਸ਼ਨ ਕਰੋ। ਕਰ ਰਹੇ ਹੋ ਜੀ? ਪਹਿਲੀ ਤੁੱਕ ਕੀ ਆ? ਡੌਂ ਖੰਡ ਪ੍ਰਿਥਵੀ ਜਿੱਥੋਂ ਤੱਕ ਸੀ, ਬਾਬੇ ਨੇ ਬਾਬਾ ਦੇਖੇ ਧਿਆਨ ਧਰ, ਚੰਗੀ ਤਰ੍ਹਾਂ ਬੋਲੋ, ਬਾਬਾ ਦੇਖੇ ਅਤੇ ਜਲਤੀ ਦਿਸ ਆਈ, ਬਾਬੇ ਨੇ ਵੇਖਿਆ, ਜੋਗੀ ਵੀ ਸੜ ਰਿਹਾ ਹੈ, ਧਿਆਨ ਦਿਓ, ਜੋਗੀ ਵੀ, ਉੱਚੀ ਬੋਲੋ ਤੀਓ, ਜੋਗੀ ਵੀ ਜਿਹੜਾ ਧਰਮ ਦਾ ਪ੍ਰਚਾਰ ਕਰਨ ਵਾਲਾ ਉਹ ਵੀ, ਕਾਜੀ ਵੀ, ਪੰਡਿਤ ਵੀ, ਸਾਰੀ ਦੁਨੀਆ ਧਰਮ ਦਾ ਭੇਖ ਬਣਾ ਕੇ ਬੈਠੀ ਮਗਰ ਅੰਦਰੋਂ ਈਰਖਾ ਦਵੈਤ ਨਾਲ ਸੜ ਰਹੇ ਸਾਰੇ। ਅੱਜ ਬਾਬੇ ਨੇ ਕਿਹਾ ਬਾਬੇ ਡਿੱਠੀ ਪ੍ਰਿਥਵੀ ਨਵੇਂ ਖੰਡ ਜਿੱਥੇ ਤੱਕ ਆਹੀ, ਜਿੱਥੋਂ ਤੱਕ ਧਰਤੀ ਸੀ, ਅੱਖ ਵਾਹਿਗੁਰੂ, ਉੱਥੇ ਤੱਕ ਬਾਬੇ ਨੇ ਧਿਆਨ ਲਾ ਕੇ ਵੇਖਿਆ ਵੀ ਜਿਹੜੇ ਸੁਮੇਰ ਪਰਬਤਾਂ 'ਚ ਠੰਡੀਆਂ ਬਰਫਾਂ ਵਿੱਚ ਬੈਠੇ ਉਹ ਵੀ ਸੜ ਰਹੇ, ਅੱਖ ਵਾਹਿਗੁਰੂ, ਜਿਹੜੇ ਮਸਜਿਦ ਵਿੱਚ ਬੈਠੇ, ਜਿਹੜੇ ਗੁਰਦੁਆਰੇ 'ਚ ਬੈਠੇ ਅਤੇ ਜਿਹੜੇ ਮੰਦਰ ਵਿੱਚ ਬੈਠੇ, ਆਮ ਪਬਲਿਕ ਤੋਂ ਲੈ ਕੇ ਹਰ ਬੰਦਾ ਜੋ ਜੋ ਦਿਸੇ ਸੋ ਸੋ ਰੋਗੀ ਆ। ਅਤੇ ਬਾਬਾ ਫਿਰ ਤੁਰਿਆ ਹੈ, ਚੜ੍ਹਿਆ ਸੋਧਣ ਧਰਤ ਲੁਕਾਈ, ਬਾਣੀ ਨਹੀਂ ਆਉਂਦੀ ਮੇਰੀ ਜਾਂਚ, ਹੈ ਨਾ, ਬੋਲੋ ਇੱਕ ਵਾਰ, ਚੜ੍ਹਿਆ ਸੋਧਣ, ਇਹਦਾ ਮਤਲਬ ਫਿਰ ਬਾਬਾ ਆਪ ਚੜ੍ਹਿਆ, ਤੁਰ ਪਿਆ ਧਰਤੀ ਨੂੰ, ਸਰਦੀ ਨੂੰ, ਜਲਦੀ ਨੂੰ ਸੁਧਾਈ ਕਰਨ ਲਈ, ਵੀ ਜਿਹਦੇ ਅੰਦਰ ਈਰਖਾ ਹੈ ਉਹਨੂੰ ਦੱਸੀਏ ਈਰਖਾ ਕਿਸ ਤਰ੍ਹਾਂ ਮੁੱਕਣੀ, ਆਖੋ ਵਾਹਿਗੁਰੂ, ਅਤੇ ਉਹ ਸੁਣ ਰਹੇ ਹੋ ਈਰਖਾ, ਤੁਸੀਂ ਰੋਜ਼ ਪੜ੍ਹਦੇ ਹੋ ਇੱਕ ਤੁੱਕ, ਬਿਸਰ ਗਈ ਤਾਤਮਾ ਨੇ ਈਰਖਾ ਸਾੜਾ, ਮੈਨੂੰ ਭੁੱਲ ਗਿਆ, ਕੀ ਦਵਾਈ ਖਾਧੀ, ਜਬ ਤੇ ਸਤਸੰਗਤ ਵਿੱਚ ਚਲੇ ਗਿਆ, ਈਰਖਾ ਮੁੱਕ ਗਈ, ਦਵੈਤ ਮੁੱਕ ਗਈ, ਆਖੋ ਵਾਹਿਗੁਰੂ। ਫਿਰ ਵੇਖਦਾ ਵੇਖਦਾ ਧਰਤੀ ਨੂੰ, ਅੱਜ ਕਿੱਥੇ ਗਿਆ ਬਾਬਾ, ਫਿਰ ਜਾਏ ਚੜਿਆ ਸਮੇਰ ਪਰ ਸਿੱਧ ਮੰਡਲੀ ਦ੍ਰਿਸ਼ਟੀ ਆਈ, ਬੜੇ ਬੜੇ ਪੁਰਾਣੇ ਜੋਗੀ ਤਪਿਸ ਤਪ ਕਰਨ ਵਾਲੇ ਉੱਥੇ ਬੈਠੇ ਚੌਂਕੜੇ ਮਾਰ ਕੇ। ਇੱਕ ਤੁਸੀਂ ਬਹੁਤ ਸਾਰੇ ਤੀਰਥ ਦੀ ਯਾਤਰਾ ਕਰਦੇ ਹੋ ਜਿਹਨੂੰ ਹੇਮਕੁੰਡ ਸਾਹਿਬ ਕਹਿੰਦੇ, ਅੱਖ ਵਾਹਿਗੁਰੂ, ਉਹਦੇ ਉੱਤੇ ਚੌਂਕੜਾ ਮਾਰੋ ਜੀ ਤੁਸੀਂ, ਉਹਦੇ ਉੱਤੇ ਬਦਰੀਨਾਥ ਆ, ਅੱਖ ਵਾਹਿਗੁਰੂ, ਕੈਲਾਸ਼ ਪਰਬਤ ਆ, ਉਹਦੇ ਉੱਤੇ ਦੀ ਕੋਈ ਕਹਾਣੀ ਹੈ ਜਿਹਨੂੰ ਸੁਮੇਰ ਪਰਬਤ ਕਹਿੰਦੇ, ਜਿੱਥੇ ਆਮ ਬੰਦਾ ਜਾ ਨਹੀਂ ਸਕਦਾ, ਜਿੱਥੇ ਆਕਸੀਜਨ ਘੱਟ ਆ ਅਤੇ ਠੰਡ ਇੰਨੀ ਆ ਵੀ ਹਰ ਬੰਦਾ ਉੱਥੇ ਜੰਮ ਜਾਂਦਾ। ਇਹ ਸਿੱਧ ਦੁਨੀਆ ਤੋਂ ਭੱਜ ਕੇ, ਦੁਨੀਆ ਤੋਂ ਮੂੰਹ ਮੋੜ ਕੇ ਉਹੋ ਜਿਹੀਆਂ ਜਗ੍ਹਾ ਦੇ ਉੱਤੇ ਜਾ ਕੇ ਬੈਠੇ ਸੀ। ਅੱਜ ਮੇਰੇ ਸਤਿਗੁਰੂ ਬਾਰੇ ਭਾਈ ਗੁਰਦਾਸ ਜੀ ਕਹਿੰਦੇ ਮੇਰੀ ਸਰਕਾਰ ਫਿਰ ਉਸ ਪਰਬਤ 'ਤੇ ਜਾ ਚੜ੍ਹਿਆ, ਫਿਰ ਸਮੇਰ ਪਰ, ਸਮੇਰ ਬਣੇ ਉਹ ਪਰਬਤ ਜਿਹੜਾ ਉੱਚਾ ਸੀ ਸਭ ਤੋਂ, ਉੱਥੇ ਮੇਰਾ ਬਾਬਾ ਗਿਆ, ਕੀ ਲੈਣ ਲਈ ਭਲਾ, ਚੜ੍ਹਿਆ ਸੋਧਣ ਧਰਤ ਲੁਕਾਈ, ਚੜ੍ਹਿਆ ਸੋਧਣ, ਚੜ੍ਹਿਆ ਆਪਣੇ ਬਾਬੇ ਦੀ ਯਾਤਰਾ ਵੇਖੋ, ਚੜ੍ਹਿਆ ਸੋਧਣ ਧਰਤ ਲੁਕਾਈ, ਚੜ੍ਹਿਆ ਸੋਧਣ ਧਰਤ ਲੁਕਾਈ, ਚੜ੍ਹਿਆ
ਉੱਥੇ ਜਿਹੜੀ 84 ਸਿੱਧ ਗੋਰਖਨਾਥ, ਜਿਹੜੇ 84 ਸਿੱਧ ਅਤੇ ਗੋਰਖਨਾਥ ਬੈਠੇ ਸੀ ਉੱਥੇ, ਉਹਨਾਂ ਦੇ ਮਨ ਅੰਦਰ ਗਿਣਤੀ ਵਰਤਾਈ, ਉਹਨਾਂ ਗਿਣਤੀ ਮਿਣਤੀ ਕੀਤੀ ਕੀ ਭਲਾ ਵੀ ਇਹ ਨਿੱਕਾ ਜਿਹਾ ਪਚੰਗੀ ਛੋਟੀ ਉਮਰ ਦਾ, ਸਾਡੇ ਕੋਲ ਤਾਂ ਇੰਨੇ ਤਪ ਨੇ, ਇੰਨੀਆਂ ਤਪੱਸਿਆ ਨੇ, ਰਿਧੀਆਂ ਨੇ, ਸਿੱਧੀਆਂ ਨੇ, ਅਸੀਂ ਇੱਥੇ ਆਣ ਕੇ ਬਹਿ ਗਏ, ਇਹ ਬੱਚਾ ਕਿਸ ਤਰ੍ਹਾਂ ਆ ਗਿਆ ਇੱਥੇ? ਇਹ ਗਿਣਤੀ ਅੰਦਰ ਸ਼ੁਰੂ ਕੀਤੀ, ਪਤਾ ਲੱਗ ਰਿਹਾ? ਉੱਤੇ ਵੇਖ ਰਹੇ ਹੋ, ਦਰਸ਼ਨ ਕਰ ਰਹੇ ਹੋ, ਮਨ ਅੰਦਰ ਗਿਣਤੀ ਵਰਤਾਈ, ਅੰਦਰ ਗਿਣਤੀ ਮਿਣਤੀ ਸ਼ੁਰੂ ਕੀਤੀ ਵੀ ਇਹ ਛੋਟਾ, ਅਸੀਂ ਤਾਂ ਬੜੀਆਂ ਬੜੀਆਂ ਸਿੱਧੀਆਂ ਦੇ ਮਾਲਕ ਆ ਗਏ, ਇਹ ਕਿਸ ਤਰ੍ਹਾਂ ਆ ਗਿਆ ਇੱਥੇ? ਆਖੋ ਵਾਹਿਗੁਰੂ, ਇਹ ਗਿਣਤੀ ਕਰਨੀ ਸ਼ੁਰੂ ਕੀਤੀ। ਹੁਣ ਆਹ ਸਵਾਲ ਬੜਾ ਪਿਆਰਾ ਹੈ, ਜੇ ਤੁਸੀਂ ਪਿਆਰ ਨਾਲ ਸੁਣੋ। ਸਿੱਧ ਉੱਤੇ ਵੇਖੋ, ਸਿੱਧ ਪੁੱਛਣ ਸੁਣ ਬਾਲਿਆ, ਬਾਲਿਆ ਬਾਲਿਆ ਮੀਨਜ ਭਾਈ ਬਾਲਾ ਜੀ ਨਹੀਂ, ਆਖੋ ਵਾਹਿਗੁਰੂ, ਬਾਲਾ ਬਣੇ ਛੋਟੀ ਉਮਰ ਦੇ ਆ, ਛੋਟੀ ਉਮਰ ਦਾ ਗੁਰੂ ਨਾਨਕ ਨੂੰ ਮੰਨ ਕੇ ਬਾਲ ਕਹਿੰਦੇ। ਆਪ ਵੱਡੀਆਂ ਉਮਰਾਂ ਦੇ ਸੀ, ਕੌਣ? ਸਿੱਧ ਜੋਗੀ ਬੜੀਆਂ ਬੜੀਆਂ ਵੱਡੀਆਂ ਉਮਰਾਂ ਦੇ ਸੀ। ਅਤੇ ਪੁੱਛਦੇ, ਸਿੱਧ ਪੁੱਛਣ ਸੁਣ ਬਾਲਿਆ, ਵੇਖੋ ਕੁਐਸਚਨ ਕਿੱਡਾ ਵੱਡਾ ਹੈ, ਕੌਣ ਸ਼ਕਤ ਤੋਹੇ ਇੱਥੇ ਲਿਆਈ? ਤੇਰੇ ਕੋਲ ਕਿਹੜੀ ਸ਼ਕਤੀ ਹੈ ਜਿਹਦੇ ਨਾਲ ਤੂੰ ਆ ਗਿਆ? ਅਸੀਂ ਤਾਂ ਕਾਹਦੇ ਨਾਲ ਆ ਗਏ? ਰਿਧੀਆਂ ਸਿੱਧੀਆਂ ਨਾਲ, ਬੋਲੋ ਨਾ, ਦ੍ਰਿੜ ਹੋ ਜੂਗਾ ਇੱਕ ਵਾਰ ਬੋਲੋ, ਅਸੀਂ ਤਾਂ ਕਾਹਦੇ ਨਾਲ ਆ ਗਏ? ਰਿਧੀਆਂ ਸਿੱਧੀਆਂ, ਤਾਪ ਯੋਗ ਸਭ ਕੁਝ ਕੀਤਾ ਅਤੇ ਅਸੀਂ ਇੱਥੇ ਉੱਡ ਕੇ ਆ ਗਏ, ਜਾਂ ਅਸੀਂ ਪਾਣੀ ਤੋਂ ਬਿਨਾਂ ਰਹਿ ਸਕਦੇ ਹਾਂ, ਰੋਟੀ ਤੋਂ ਬਿਨਾਂ ਰਹਿ ਸਕਦੇ ਹਾਂ, ਤੈਨੂੰ ਕਿਹੜੀ ਸ਼ਕਤੀ ਲਿਆਉਂਦੀ ਹੈ? ਹੁਣ ਮੇਰਾ ਬਾਬਾ ਅੱਗੇ ਦੱਸੂਗਾ, ਮੇਰੇ ਕੋਲ ਆਹ ਸ਼ਕਤੀ, ਵਾਹਿਗੁਰੂ ਜੁੜੋ ਆ ਸ਼ਕਤੀ, ਜੇ ਊਰਜਾ ਜੇ ਇਕੱਠੀ ਕਰ ਲਓ, ਕੋਈ ਰਸਨਾ ਵਾਂਝੀ ਨਾ ਰਹੇ, ਹਰ ਇੱਕ ਦੇ ਅੰਦਰ ਊਰਜਾ ਆ ਸਕਦੀ ਬਾਬੇ ਵਾਲੀ। ਸਤਨਾਮ ਸ੍ਰੀ ਵਾਹਿਗੁਰੂ। ਹੁਣ ਬਾਬਾ ਦੱਸਣ ਲੱਗਾ ਹੈ, ਸਮਝ ਰਹੇ ਹੋ ਜੀ, ਵੀ ਮੇਰੇ ਕੋਲ ਕਿਹੜੀ ਸ਼ਕਤੀ ਆ? ਤੁਸੀਂ ਮੇਰੇ ਨਾਲ ਬੋਲੋਗੇ ਤਾਂ ਮੈਨੂੰ ਪਤਾ ਲੱਗੂ ਵੀ ਤੁਹਾਡੀ ਸੁਰਤ ਮੇਰੇ ਨਾਲ ਤੁਰੀ ਆਉਂਦੀ। ਬਾਬਾ ਦੱਸਣ ਲੱਗਾ ਵੀ ਮੇਰੇ ਕੋਲ, ਬਾਬੇ ਇਹ ਨਹੀਂ ਕਿਹਾ ਵੀ ਮੈਂ ਬਰਨਾਲੇ ਵਾਲੇ ਬਾਬੇ ਦੇ ਕੋਲੋਂ ਮੌਲੀ ਲਈ ਆ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕੀਤੀ। ਬਾਬੇ ਨੇ ਨਹੀਂ ਕਿਹਾ ਮੈਂ ਸਵਾਹ ਦੀ ਪੁੜੀ ਲਈ ਆ। ਆਖੋ ਵਾਹਿਗੁਰੂ, ਜਿੱਥੇ ਜਿੱਥੇ ਅੱਜ ਪੰਥ ਉਲਝ ਗਿਆ ਹੈ, ਆ ਕੱਲ੍ਹ ਪਰਸੋਂ ਮੈਂ ਕਥਾ ਕੀਤੀ ਸਰੀ, ਆਖੋ ਵਾਹਿਗੁਰੂ, ਉੱਥੇ ਇੱਕ ਬੱਚੀ ਮੈਨੂੰ ਆਣ ਕੇ ਕਹਿੰਦੀ ਉਹਦੇ ਔਲਾਦ ਨਹੀਂ ਸੀ, ਰੱਬ ਨੇ ਆਈ, ਚਲੋ ਰੱਬ ਦੀ ਰਜ਼ਾ ਹੈ, ਆਖੋ ਵਾਹਿਗੁਰੂ, ਉਹਨੂੰ ਜ਼ਬਰਦਸਤੀ ਕਿਸੇ ਬੀਬੀ ਨੇ ਏਜੰਟ ਛੱਡੇ ਨੇ ਨਾ, ਇਹਨਾਂ ਦੇ ਛੱਡੇ ਹੁੰਦੇ ਕਿ ਨਹੀਂ ਬੋਲੋ, ਕਿੰਨਾ ਦੇ ਬਾਬਿਆਂ ਦੇ ਏਜੰਟ ਛੱਡੇ ਹੁੰਦੇ। ਉਹ ਏਜੰਟ ਕਹਿਣ ਲੱਗਾ ਵੀ ਤੁਸੀਂ ਆਓ ਤਾਂ ਸਹੀ, ਇੰਨੇ ਸਾਲ ਹੋ ਗਏ ਨੇ, ਉਹ ਤਾਂ ਮਹਾਤਮਾ ਦੀਆਂ ਨਜ਼ਰਾਂ ਵਿੱਚ ਹੀ ਇੰਨਾ ਬਾਲਾ ਵੀ ਤੁਹਾਨੂੰ ਉਹਨੇ ਨਿਹਾਲ ਕਰ ਦੇਣਾ। ਨਾ ਚਾਹੁੰਦੀ ਹੋਈ ਵੀ ਬੱਚੀ, ਆਖੋ ਵਾਹਿਗੁਰੂ, ਦਮਾਲੇ ਵਾਲੀ ਮੇਰੀ ਧੀ,
ਚਲੇਗੀ ਵੀ ਚਲੋ ਵੇਖੀਏ ਕੀ ਕਹਿੰਦਾ ਹੈ। ਅੱਗੇ ਉਹਨੇ ਜਿਹੜਾ ਬੈਠਾ ਸੀ ਉਹਨੇ ਗੋਲ ਪੱਗ 'ਤੇ ਬੱਧੀ ਸੀ, ਚੋਲਾ ਪਾਇਆ ਸੀ, ਕਛਹਿਰਾ ਵੀ ਪਾਇਆ ਸੀ, ਮਗਰ ਕਿਰਪਾਨ ਨਹੀਂ ਸੀ ਪਾਈ। ਇਹੋ ਜਿਹਾ ਇੱਕ ਸਰੂਪ ਨਹੀਂ ਫਿਰਦਾ ਹੋਊਗਾ, ਤੁਸੀਂ ਮਹਿਸੂਸ ਕਰ ਲਓ। ਮੇਰਾ ਕੋਈ ਬਹੁਤਾ ਫੋਕਸ ਕਰਨ ਦਾ ਜਾਂ ਟਾਈਮ ਲਾਉਣ ਦਾ ਬਹੁਤਾ ਇਹਦੇ 'ਤੇ ਨਹੀਂ ਮਕਸਦ, ਤੁਸੀਂ ਸਰੂਪ ਕਰ ਲਓ ਵੀ ਕਿੰਨੇ ਹੋਣਗੇ ਇੱਕ ਦਾ ਤਾਂ ਸਾਨੂੰ ਪਤਾ ਲੱਗ ਗਿਆ। ਜਿੱਥੇ ਤੁਹਾਡੇ ਚੰਗੇ ਪ੍ਰਚਾਰਕ ਆਉਂਦੇ ਨੇ ਇੱਥੇ ਪ੍ਰਚਾਰ ਕਰਨ ਲਈ, ਆਖੋ ਵਾਹਿਗੁਰੂ। ਚੰਗੇ ਗਿਆਨੀ ਕੁਲਵੰਤ ਸੋਹਣੀ ਗੁਰਮੁਖ ਪਿਆਰੇ ਜਿਹੜੇ ਸ਼ਬਦ ਗੁਰੂ ਦਾ ਪ੍ਰਚਾਰ ਕਰਨ ਆਉਂਦੇ ਨੇ, ਇਹੋ ਜਿਹੀਆਂ ਰੂਹਾਂ ਆਉਂਦੀਆਂ ਹੋਣਗੀਆਂ। ਉੱਥੇ ਕਿੰਨੇ ਠੱਗ ਵੀ ਆਉਂਦੇ ਹੋਣਗੇ ਮਗਰੇ, ਜਿਨ੍ਹਾਂ ਨੂੰ ਜਾਣ ਕੇ ਏਜੰਸੀਆਂ ਭੇਜਦੀਆਂ ਵੀ ਇਹਨਾਂ ਨੂੰ ਸ਼ਬਦ ਗੁਰੂ ਤੋਂ ਲੋਕਾਂ ਨੂੰ ਤੋੜੋ। ਆਖੋ ਵਾਹਿਗੁਰੂ। ਉਹਨੂੰ ਜਾਂਦਿਆਂ ਕਹਿੰਦਾ, ਉਹ ਕਿਤੇ ਦੱਸਿਆ ਉਹ ਠੱਗ ਨੇ ਵੀ ਇੱਕ ਬੀਬੀ ਆਊਗੀ, ਉਹਨੇ ਇਸ ਤਰ੍ਹਾਂ ਦਾ ਦਮਾਲਾ ਬੱਧਾ ਅਤੇ ਉਹਦੇ ਘਰ ਵਾਲਾ ਆਦਮੀ। ਉਹਨੂੰ ਕਹਿੰਦਾ, ਬੇਟਾ ਇੱਕ ਗੜਵਾ ਭਰ ਕੇ ਪਾਣੀ ਦਾ ਟੋਭੇ 'ਚ ਪਾ ਦੇ। ਆਹ ਮੰਤਰ ਦਿੱਤਾ। ਕੀ ਭਲਾ ਮੈਂ ਕੀ ਕਿਹਾ, ਇੱਕ ਗੜਵਾ ਪਾਣੀ ਦਾ ਭਰ ਕੇ ਅਤੇ ਟੋਭੇ 'ਚ ਕੀ ਹੁੰਦਾ ਹੈ? ਪਾਣੀ। ਹੁਣ ਤੁਸੀਂ ਦੱਸੋ ਇਹ ਕਿੱਧਰ ਦੀ ਪਰਉਪਕਾਰ ਹੈ? ਸੁੱਕੇ ਇਹ ਕਹਿੰਦਾ ਨਾ ਕਿਸੇ ਪੌਦੇ ਸੁੱਕਦੇ ਨੂੰ ਪਾ ਦੇ ਤਾਂ ਫਿਰ ਵੀ ਮੰਨਿਆ ਜਾ ਸਕਦਾ ਸੀ। ਟੋਭੇ ਦੇ ਵਿੱਚ ਪਹਿਲਾਂ ਹੀ ਪਾਣੀ ਹੈਗਾ ਹੈ। ਇਹ ਕਰਮ ਕਾਂਡ ਜਿਹੜੇ ਸੀ, ਮੇਰੇ ਬਾਬੇ ਨੇ ਆਖਿਆ ਇਹੋ ਜਿਹੀ ਮੇਰੀ ਕੋਈ ਕਹਾਣੀ ਨਹੀਂ ਵੀ ਮੈਂ ਲੋਕਾਂ ਨੂੰ ਆਹ ਕੁਝ ਕਹਿੰਦਾ ਜਾਂ ਆਹ ਮੈਂ ਕੁਝ ਕੀਤਾ ਹੈ। ਹਾਂ ਜਪਿਆ ਪਰਮੇਸ਼ਰੋ, ਬੋਲੋ ਉੱਚੀ ਉੱਚੀ, ਹਾਂ ਜਪਿਆ ਵਾਹਿਗੁਰੂ 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 ਵਾਹਿਗੁਰੂ। ਉਹ ਕੰਮ ਕਰ ਲਓ ਜਿਹੜਾ ਬਾਬਾ ਕਹਿੰਦਾ ਮੈਂ ਕੀਤਾ। ਜਿਉਂਦੇ ਰਹੋ ਜਿਉਂਦੇ ਰਹੋ। ਬਾਬੇ ਦੇ ਇਹੋ ਮਾਰਗ ਆ, ਗੁਰਸਿੱਖ ਮੀਤ ਚੱਲੋ ਗੁਰਚਾਲੀ। ਜਿਤਰਾ ਬਾਬਾ ਤੁਰਿਆ ਉਤਰਾ ਸੰਗਤ ਤੁਰ ਪਏ, ਉੱਥੇ ਪਹੁੰਚ ਜੂਗੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਹਾਂ ਜਪਿਆ। ਅੱਗੇ ਥੋੜ੍ਹਾ ਜਿਹਾ ਫਰਕ ਪਾ ਗਏ ਜੋ ਅਸੀਂ ਨਹੀਂ ਕਰ ਸਕੇ। ਅਸੀਂ ਜਪ ਤਾਂ ਕੀਤਾ, ਆਖੋ ਵਾਹਿਗੁਰੂ ਕੀ ਕੀਤਾ? ਜੇ ਕਥਾ ਸੁਣਦਿਆਂ ਵੀ ਅਬਾਸੀ ਆਉਂਦੀ ਹੈ ਨਾ ਸਮਝ ਲਾ, ਤਾਂ ਕਿਤੇ ਹੋਰ ਤੁਰਿਆ ਫਿਰਦਾ ਹੈ। ਹਾਂ ਜਪਿਆ। ਕੀ ਦੱਸਿਆ ਵੀ ਮੈਂ ਕੀ ਕੀਤਾ ਹੈ ਪਰਮੇਸ਼ੁਰ ਨੂੰ? ਅਤੇ ਅਸੀਂ ਕਹੀਏ ਜੀ ਅਸੀਂ ਵੀ ਕਰਦੇ ਹਾਂ, ਅਸੀਂ ਕਹੀਏ ਵੀ ਅਸੀਂ ਵੀ ਸਵੇਰੇ ਉੱਠ ਕੇ ਸਿਮਰਨ ਕਰਦੇ ਹਾਂ, ਬੰਦਗੀ ਕਰਦੇ ਹਾਂ। ਮਗਰ ਬਹੁਤ ਵੱਡਾ ਫਰਕ ਜੇ ਧਿਆਨ ਨਾਲ ਸੁਣਿਓ। ਇਹ ਕਥਾ ਸੁਣੀ ਜਾ ਰਹੀ ਜੇ ਚੰਗੀ ਤਰ੍ਹਾਂ ਵੇਖੋ। ਆਖੋ ਵਾਹਿਗੁਰੂ। ਹਾਂ ਜਪਿਆ। ਫਰਕ ਕੀ ਪਾ ਤਾ? ਮੈਂ ਕਰਦਾ ਵਾਂ ਆਪਣੇ ਯੋਰ ਨਾਲ ਸਿਮਰਨ, ਆਪਣੇ ਯੋਰ ਨਾਲ। ਉੱਥੇ ਲਿਖਿਆ ਭਾਓ 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 ਮੀਨ ਪ੍ਰੇਮ। ਮੈਂ ਪ੍ਰੇਮ ਨਾਲ ਜਪਿਆ ਹੈ, ਤੁਸੀਂ ਹੱਠ ਨਾਲ ਜਪਦੇ ਹੋ। ਆਹ ਸੰਸਾਰ ਕੀ ਕਰਦਾ ਹੈ? ਮੈਂ 3 ਘੰਟੇ ਬਹਿਣਾ ਹੈ, ਕਹਿੰਦੇ ਕਿ ਨਹੀਂ ਬੋਲੋ ਜੀ। ਮੇਰਾ ਜੀ 3 ਘੰਟੇ ਦਾ ਚੌਂਕੜਾ ਹੈ ਮੇਰਾ ਜੀ, ਉਹ ਤੇਰਾ ਹੋਊਗਾ। ਪਕੜ ਨਹੀਂ ਰਿਹਾ ਫਿਰ
ਤੁਸੀਂ ਤਾਂ ਪਕੜਦੇ ਹੋ ਗਏ ਗਿਆਨੀ ਜੀ, ਮੇਰਾ ਚੌਂਕੜਾ 3 ਘੰਟੇ ਦਾ, ਇਹ ਕੀ ਆ? ਹੱਠ, ਲੱਤਾਂ ਥੱਕ ਗਈਆਂ ਨੇ, ਨੀਂਦ ਆ ਰਹੀ ਆ, ਕਦੀ ਇਸ ਤਰ੍ਹਾਂ ਕਰ ਲਿਆ, ਫਿਰ ਪਾਣੀ ਪਾ ਲਿਆ ਮੂੰਹ 'ਚ, ਫਿਰ ਕਦੀ ਪੀ ਲਿਆ, ਮਤਲਬ ਕਰਨਾ ਹੈ, ਇਹ ਕੀ ਹੈ? ਹੱਠ। ਅਤੇ ਬਾਣੀ ਵਿੱਚ ਲਿਖਿਆ ਮਨ ਹੱਠ ਮਰੇ। ਜੇ ਮਨ ਹੱਠ ਕਰਦਾ ਕਰਦਾ ਕੋਈ ਬੰਦਾ ਇੰਨਾ ਮਨ ਹੱਠ ਕਰੇ ਵੀ ਉਹਦੀ ਮੌਤ ਵੀ ਹੋ ਜਾਏ, ਆਖੇ ਜੀ ਮੈਂ ਬਾਣੀ ਪੜ੍ਹਦੇ ਪੜ੍ਹਦੇ ਨੇ ਹੱਠ ਕੀਤਾ ਵੀ ਮੈਂ ਇੰਨਾ ਕਰਨਾ ਹੀ ਕਰਨਾ ਹੈ। ਅਤੇ ਮਹਾਰਾਜ ਕਹਿੰਦੇ ਮਨ ਹੱਠ ਮਰੇ ਨਾ ਲੇਖੇ ਪਾਵੇ। ਬੋਲੋ ਭਲਾ, ਖੁੱਲ੍ਹ ਕੇ ਖੁੱਲ੍ਹ ਕੇ ਮਨ ਹੱਠ ਮਰੇ। ਪੁੱਤ ਪਤਾ ਲੱਗ ਗਿਆ ਅਰਥ ਦਾ, ਮਨ ਹੱਠ ਨਹੀਂ, ਪ੍ਰੇਮ ਨਾਲ ਬੈਠੋ। ਇੱਥੇ ਵੀ ਬਾਬੇ ਨੇ ਆਖਿਆ ਹਉ ਜਪਿਆ ਪਰਮੇਸ਼ਰੋ ਭਾਉ ਭਗਤ ਸੰਗ, ਪ੍ਰੇਮ ਨਾਲ ਬਹਿ ਕੇ ਤਾੜੀ ਲਾਈ, ਸਮਾਧੀ ਲਾਈ, ਪ੍ਰੇਮ ਨਾਲ। ਪਤਾ ਲੱਗਾ ਜੀ? ਆਖੋ ਵਾਹਿਗੁਰੂ। ਆਖਣ ਸਿੱਧ ਸੁਣ ਬਾਲਿਆ ਆਪਣਾ ਨਾਂ ਤੁਮ ਦਿਓ ਬਤਾਈ। ਫਿਰ ਬਾਲਾ ਹੀ ਕਹਿ ਕੇ ਪੁਕਾਰ ਦੇ ਆਪਣਾ, ਸਾਨੂੰ ਨਾਂ ਤਾਂ ਦੱਸ, ਤੇਰਾ ਨਾਮ ਕੀ ਆ? ਆਖੋ ਵਾਹਿਗੁਰੂ। ਸਾਡੇ ਤੱਕ ਤਾਂ ਅੱਜ ਤੱਕ ਕੋਈ ਹੋਰ ਪਹੁੰਚਦਾ ਨਹੀਂ, ਤੂੰ ਕਿਤਰਾ ਪਹੁੰਚ ਗਿਆ, ਤੇਰਾ ਨਾਂ ਕੀ ਹੈ? ਬਾਬਾ ਆਖੇ ਨਾਥ ਜੀ ਨਾਨਕ ਨਾਮ ਜਪੇ ਗਤ ਪਾਈ। ਹੁਣ ਤੁਸੀਂ ਥੋੜ੍ਹਾ ਜਿਹਾ ਇਹ ਨਾ ਕਹਿਣਾ ਵੀ ਬਾਬੇ ਕਿਹਾ ਮੇਰਾ ਨਾਨਕ ਨਾਮ ਆ। ਆਖੋ ਵਾਹਿਗੁਰੂ। ਤੁਸੀਂ ਪਕੜ ਲਓਗੇ ਇਸ ਗੱਲ ਨੂੰ? ਇਹੀ ਤਾਂ ਮੈਂ ਭੁੱਲ ਕਰ ਰਿਹਾ, ਮੈਂ ਪਰਮਜੀਤ ਸਿੰਘ ਹਾਂ, ਨਹੀਂ ਪਤਾ ਲੱਗਾ ਮੈਂ, ਕੋਈ ਕਹਿ ਰਿਹਾ ਮੈਂ ਸੁਰਜੀਤ ਸਿੰਘ ਹਾਂ, ਕੋਈ ਕਹਿ ਰਿਹਾ ਮੈਂ ਫਲਾਣਾ ਸਿੰਘ ਹਾਂ, ਮੈਂ। ਬਾਬੇ ਆਖਿਆ ਨਾਮ ਵਿੱਚੋਂ ਕੀ ਲੈਣਾ ਜੇ, ਨਾਨਕ ਨਾਮ ਜਪੇ, ਮੇਰੇ ਨਾਮ ਕੋਲੋਂ ਤੁਸੀਂ ਕੀ ਲੈਣਾ ਹੈ? ਮੈਂ ਤਾਂ ਨਾਮ ਜਪ ਕੇ ਅਤੇ ਆਪਣੀ ਅਸਲੀ ਅਵਸਥਾ 'ਤੇ ਪਹੁੰਚਿਆ, ਨਾਮ ਕੋਲੋਂ ਤੁਸੀਂ ਕੀ ਲੈਣਾ ਹੈ? ਇੱਕ ਗੱਲ ਹੋਰ ਕਹੀ ਉਹਨਾਂ ਨੇ, ਆਖੋ ਵਾਹਿਗੁਰੂ। ਜਦੋਂ ਉਹਨਾਂ ਨਾਮ ਪੁੱਛਿਆ ਨਾ, ਚੌਂਕੜਾ ਮਾਰੋ, 2 ਮਿੰਟ ਰਹਿ ਗਏ ਸਿਰਫ, ਨਾਂ ਪੁੱਛਿਆ ਅਤੇ ਬਾਬੇ ਨੇ ਇਹ ਵੀ ਕਿਹਾ, ਇਹਦਾ ਦੱਸਾਂ ਕਿ ਆਪਣਾ, ਇਹ ਵੀ ਕਿਹਾ, ਸੁਣਿਆ ਕਿ ਨਹੀਂ ਅੱਗੇ ਕੀ ਵੀ ਇਹ ਦੇਹ ਦਾ ਦੱਸਾਂ ਕਿ ਆਪਣਾ ਨਾਮ ਦੱਸਾਂ? ਇੱਕ ਘਰ ਆ, ਇੱਕ ਘਰ ਵਿੱਚ, ਇੱਕ ਘਰ ਆ, ਇੱਕ ਘਰ ਵਿੱਚ ਰਹਿਣ ਵਾਲਾ ਹੈ। ਬੋਲੋ, ਤਾਂ ਹੀ ਤਾਂ ਮੱਲਾ ਲਿਖਦੇ ਨੇ, ਮਹਿਲ, ਮੱਲਾ, ਘਰ, ਉਹਦੇ ਵਿੱਚ ਪਹਿਲਾ, ਦੂਸਰਾ, ਤੀਸਰਾ, ਚੌਥਾ, ਪੰਜਵਾਂ, ਛੇਵਾਂ, ਸੱਤਵਾਂ, ਅੱਠਵਾਂ, ਨਾਵਾਂ, ਰਹਿਣ ਵਾਲਾ। ਆਖੋ ਵਾਹਿਗੁਰੂ। ਆਪਣਾ ਦੱਸਾਂ ਕਿ ਇਹਦਾ ਦੱਸਾਂ? ਹੁਣ ਸਿੱਧਾਂ ਦੇ ਤੌਰ ਪਾਉਂ, ਓਏ ਹੋਏ, ਇਹ ਕੀ ਨਵਾਂ ਕੁਐਸਚਨ ਪਾਤਾ? ਉਹ ਕਹਿੰਦੇ ਫਿਰ ਦੱਸ ਮੈਨੂੰ ਗੋਰਖਨਾਥ, ਮੈਂ ਇਹਦਾ ਨਾਂ ਦੱਸਾਂ ਕਿ ਆਪਣਾ ਦੱਸਾਂ? ਅਤੇ ਗੋਰਖਨਾਥ ਨੇ ਆਖਿਆ ਭਰਾਵਾ ਤੂੰ ਦੋਵਾਂ ਦਾ ਦੱਸ ਦੇ। ਨਹੀਂ ਪਤਾ ਲੱਗਾ ਵੀ ਉਹਨੇ ਕਿਹਾ ਤੇ ਪੰਜ ਤੱਤ ਕਾ ਪੁਤਲਾ, ਇਹਦਾ ਤਾਂ ਕੋਈ ਨਾਂ ਨਹੀਂ ਹੈ, ਪੰਜ ਤੱਤ ਇਕੱਠੇ ਕੀਤੇ ਨੇ ਅਤੇ ਦੇਹ ਬਣੀ ਆ। ਆਖੋ ਵਾਹਿਗੁਰੂ। ਪਕੜ ਨਹੀਂ ਰਹੇ? ਪਕੜ ਰਿਹਾ ਪੁੱਤ? ਅੱਧਮਾਲੇ ਵਾਲਾ, ਚੱਕਰ ਵਾਲਾ ਪੁੱਤਰ, ਤੇਰੀ ਗੱਲ ਕਰ ਰਿਹਾ, ਪਕੜ ਰਿਹਾ? ਪੁੱਛ ਲਾ ਮੈਂ। ਅੱਛਾ, ਆਖਿਆ ਆਹ ਜਿਹੜੀ ਦੇਹ ਹੈ ਨਾ, ਇਹਦਾ ਕੋਈ, ਇਹ ਪੰਜ ਤੱਤ ਇਕੱਠੇ ਕੀਤੇ ਨੇ, ਇਹਦਾ ਕੋਈ ਨਾਮ ਨਹੀਂ। ਆਖੋ ਵਾਹਿਗੁਰੂ। ਆਖਿਆ ਜੀ ਫਿਰ ਨਾਨਕ ਕਿਹਨੂੰ ਕਹਿੰਦੇ? ਆ ਅੰਦਰਲੀ ਜੋਤ ਨੇ ਆਖਿਆ। ਨਹੀਂ ਪਤਾ ਲੱਗਾ ਜਿਹੜੀ ਅੰਦਰਲੀ ਜਾਗ ਰਹੀ
ਜੋ ਤੇ ਉਹਨੇ ਕਿਹਾ ਨਾਨਕ ਮੇਰਾ ਨਾਉ, ਸਰੀਰ ਦਾ ਨਹੀਂ, ਨਾਨਕ ਖੁੱਲੋ, ਨਾਨਕ ਕਿਹਨੇ ਆਖਿਆ? ਅੰਦਰਲੀ ਜੋਤ ਨੇ। ਜਦੋਂ ਦੂਸਰੀ ਵਾਰ ਗੁਰੂ ਅੰਗਦ ਦੇਵ ਸਾਹਿਬ ਦੇ ਰੂਪ 'ਚ ਪ੍ਰਗਟ ਹੋ ਗਈ ਜੋਤ, ਆਖੋ ਵਾਹਿਗੁਰੂ, ਅਤੇ ਨਾਥ ਥੱਲੇ ਆਏ ਸੀ, ਇਹ ਫਿਰ ਖਡੂਰ ਸਾਹਿਬ ਚਲੇ ਗਏ। ਧਿਆਨ ਨਾਲ ਸੁਣਿਓ, ਖਡੂਰ ਸਾਹਿਬ ਚਲੇ ਗਏ, ਜਾ ਕੇ ਗੁਰੂ ਅੰਗਦ ਦੇਵ ਸਾਹਿਬ ਦੇ ਸਾਹਮਣੇ ਬਹਿ ਗਏ। ਅੱਜ ਫਿਰ ਪੁੱਛਦੇ, ਕੋਈ ਲੋਕ ਜੋ ਕਹਿੰਦੇ ਸੀ ਵੀ ਉਹ ਗੁਰੂ ਨਾਨਕ ਸਾਹਿਬ ਦੀ ਜੋਤੀ ਆ ਉੱਥੇ ਜਗ ਰਹੀ, ਆਖੋ ਵਾਹਿਗੁਰੂ। ਜਾ ਕੇ ਪੁੱਛਦੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੂੰ ਵੀ ਤੁਹਾਡਾ ਨਾਂ ਕੀ ਹੈ? ਅਤੇ ਅੱਗੋਂ ਜਵਾਬ ਉਹੀ ਆਇਆ, ਕਿਉਂਕਿ ਦੱਸਣ ਵਾਲਾ, ਗੱਲਾਂ ਕਰਨ ਵਾਲਾ ਤੇ ਵਿੱਚ, ਅੱਛਾ ਬਾਜ ਉਹੀ ਸੀ। ਅੰਦਰੋਂ ਆਵਾਜ਼ ਆਈ, ਇਹਦਾ ਦੱਸਾਂ ਕਿ ਆਪਣਾ? ਪਕੜ ਰਹੇ ਹੋ ਜੀ, ਇਹਦਾ ਦੱਸਾਂ ਕਿ ਆਪਣਾ? ਉਹਨਾਂ ਕਿਹਾ ਦੋਵੇਂ ਦੱਸ ਦਿਓ। ਕਹਿੰਦੇ ਇਹਨੂੰ ਤਾਂ ਅੰਗਦ ਦੇਵ ਕਹਿੰਦੇ ਹੀ, ਦੇਹ ਨੂੰ ਨਹੀਂ ਪਤਾ ਲੱਗਾ, ਕਨਫਿਊਜ਼ ਤਾਂ ਨਹੀਂ ਹੋ ਜਾਓਗੇ? ਦੇਹ ਨੂੰ ਤਾਂ ਵਿਜਲੀ ਜੋਤ ਨੇ ਆਖਿਆ ਨਾਨਕ ਮੇਰਾ ਨਾਂ। ਤੀਸਰੇ ਕੋਲ ਵੀ ਆਏ, ਤੀਸਰੇ ਤੱਕ ਆਏ ਸਿੱਧ, ਆਖੋ ਵਾਹਿਗੁਰੂ। ਉੱਥੇ ਵੀ ਆਖਿਆ ਇਹਨੂੰ ਤਾਂ ਅਮਰਦਾਸ ਕਹਿੰਦੇ ਹੀ, ਮਗਰ ਜਦੋਂ ਮੈਂ ਬਾਣੀ ਪੜ੍ਹਦਾ ਤਾਂ ਮੈਂ ਇਹ ਨਹੀਂ ਕਹਿੰਦਾ ਵੀ ਕਹੇ ਅਮਰਦਾਸ ਸੁਣੋ ਸੰਤੋ, ਕੀ ਕਹਿੰਦਾ ਬੋਲੋ? ਫਿਰ ਇੱਥੋਂ ਪਤਾ ਲੱਗਾ ਵੀ ਸਰੀਰ ਗੁਰੂ ਨਹੀਂ ਸੀ, ਧਿਆਨ ਦਿਓ ਜੀ, ਸਰੀਰ ਜੋਤ ਗੁਰੂ ਸੀ, ਜਿਹੜੀ ਜੋਤ ਵਿੱਚ ਜਗ ਰਹੀ ਉਹ ਕਹਿੰਦੀ ਨਾਨਕ ਮੇਰਾ ਨਾਉ। ਇੱਥੇ ਵੀ ਕਹਿੰਦੇ ਨਾਨਕ ਨਾਮ ਜਪੇ ਗੱਤ ਪਾਈ। ਅਤੇ ਉਹਨਾਂ ਨੇ ਤੀਸਰਾ ਕੁਐਸਚਨ ਕੀਤਾ, ਇੰਨੇ ਉੱਚੇ ਮਰਤਬੇ 'ਤੇ ਕਿਤਨਾ ਪਹੁੰਚ ਗਏ ਹੋ? ਥੱਲੇ ਦੀ ਤੂੰ ਪੜ੍ਹਿਓ, ਇੰਨੇ ਉੱਚੇ ਬੋਲੋ, ਸਾਰੀ ਦੁਨੀਆ ਤੁਹਾਡਾ ਜਸ ਕਰਦੀ, ਤੁਸੀਂ ਜਿੱਥੇ ਜਿੱਥੇ ਗਏ ਹੋ ਤੁਹਾਡੀ ਜੈ ਜੈਕਾਰ, ਜੈ ਜੈਕਾਰ ਕਰੇ ਸਭ ਕੋਈ, ਜੈ ਜੈਕਾਰ ਕਰੇ ਸਭ ਕੋਈ, ਜੈ ਜੈ ਪ੍ਰਗਟ ਭਈ ਸਗਲੇ ਜੁਗ ਅੰਤਰ, ਪ੍ਰਗਟ ਭਈ ਸਗਲੇ ਜੁਗ ਅੰਤਰ, ਪ੍ਰਗਟ ਗੁਰੂ ਨਾਨਕ ਕੀ ਵਡਿਆਈ, ਗੁਰੂ ਨਾਨਕ ਕੀ ਵਡਿਆਈ, ਗੁਰ ਸਾਰੇ ਜਗਤ ਵਿੱਚ ਨਾਨਕ ਨਾਨਕ ਹੋਣ ਡੇ ਹੀ ਆ, ਇੱਥੋਂ ਤੱਕ ਪਹੁੰਚ ਕਿਸ ਤਰ੍ਹਾਂ ਗਏ? ਆ ਨਿਚੋੜ ਆ ਪੌੜੀ ਦਾ, ਨੀਚ ਕਹਾਏ ਊਚ ਘਰ, ਆਪਸ ਕੋ ਜੋ ਜਾਣੇ ਸੋ ਗਰੀਏ। ਅਸੀਂ ਉੱਚੇ ਹੋ ਕੇ ਉੱਚਾ ਕਹਾਉਣਾ ਚਾਹੁੰਦੇ ਹਾਂ, ਨਹੀਂ ਪਤਾ ਲੱਗਾ ਅਸੀਂ ਉੱਚਾ ਕਹਾਉਣਾ। ਉਹ ਕਹਿੰਦਾ ਨਹੀਂ, ਉੱਚਾ ਉਹ ਆ ਜਿਹੜਾ ਨੀਵਾਂ ਹੈ। ਆਖੋ ਵਾਹਿਗੁਰੂ, ਤੁਸੀਂ ਇਤਰਾ ਤਕੜੀ ਫੜ ਲਓ, ਆ ਚਿੱਟੇ ਦਮਾਲੇ ਵਾਲੇ ਇਤਰਾ ਤਕੜੀ ਫੜ ਲਓ, ਅਤੇ ਜਿਹੜਾ ਸ਼ਾਬਾ ਨੀਵਾਂ ਹੋਊ ਤੁਸੀਂ ਉਹਨੂੰ ਮੰਨਦੇ ਹੋ, ਇਹਦੇ ਵਿੱਚ ਕੁਝ ਹੈਗਾ ਕਿ ਉੱਚੇ ਵਾਲਾ? ਕਿਉਂ? ਜਿਹਦੇ ਵਿੱਚ ਕੁਝ ਹੈਗਾ ਉਹ ਨੀਵਾਂ ਹੀ ਹੋ, ਨਹੀਂ ਪਤਾ ਲੱਗਾ ਜਿਹਦੇ ਵਿੱਚ ਕੁਝ, ਜਿਹਦੇ ਵਿੱਚ ਕੁਛ ਵੀ ਨਹੀਂ ਅਤੇ ਐਂ ਹਿੱਲ ਰਿਹਾ, ਜਿਹਦੇ ਵਿੱਚ ਕੁਝ ਹੈਗਾ ਉਹ ਹਿੱਲਦਾ ਵੀ ਨਹੀਂ ਅਤੇ ਨੀਵਾਂ ਹੈ। ਮੇਰਾ ਬਾਬਾ ਨਾਨਕ, ਬਾਬਾ ਕਬੀਰ, ਬਾਬਾ ਨਾਮਦੇਵ, ਆਖੋ ਵਾਹਿਗੁਰੂ।
ਇਹ ਜਿੰਨੀਆਂ ਸ਼ਖਸ਼ੀਅਤਾਂ ਮਹਾਂਪੁਰਸ਼ਾਂ ਦੀ ਬਾਣੀ ਹੈ, ਇਹਨਾਂ ਆਪਣੇ ਆਪ ਨੂੰ ਆਖਿਆ ਕਬੀਰ ਸਭ ਤੇ ਹਮ ਬੁਰੇ। ਬੋਲੋ ਹਾਂ। ਸਮਾਪਤੀ ਕਰਨ ਲੱਗਾ, ਇੱਕ ਵਾਰ ਭਰ ਕੇ ਅੰਦਰੋਂ ਬੋਲੋ ਵੀ ਸਾਰੀ ਕਾਇਨਾਤ ਚੰਗੀ ਤੇ ਮੈਂ ਸਭ ਤੋਂ ਬੁਰਾ। ਕਬੀਰ ਸਭ ਤੇ ਹਮ ਬੁਰੇ, ਹਮ ਤਜ ਮੈਨੂੰ ਛੱਡ ਕੇ ਭਲੋ ਸਭ ਕੋਏ, ਸਾਰੀ ਦੁਨੀਆ ਚੰਗੀ ਇੱਕ ਮੈਂ ਮਾੜਾ। ਇਹ ਤਾਂ ਤੁਸੀਂ ਸੁਣ ਕੇ ਚਲੇ ਗਏ। ਮੈਂ ਕਥਾ ਕਰਤੀ ਬਾਹਾਂ ਮਾਰ ਮਾਰ ਕੇ, ਗੁਰੂ ਅੱਗੇ ਅਰਦਾਸ ਕਰੋ ਐਸਾ ਜੀਵਨ ਬਣਿਆ। ਕੀ ਕਿਹਾ ਜੀ ਮੈਂ? ਗੁਰੂ ਅੱਗੇ ਐਸਾ ਜੀਵਨ ਬਣੇ ਮੈਂ ਸਾਰਿਆਂ ਦੀ ਚਰਨ ਧੂੜ ਤੇਰੇ ਜਨ ਕੀ ਹੋਵਾਂ, ਚਰਨ ਧੂੜ ਤੇਰੇ ਅੰਤਰ ਜਾਮੀ ਪੁਰਖ ਵਿਧਾਤੇ ਸ਼ਰਧਾ ਨਾਨਕ ਦਾਸ ਇਹ ਸੁੱਖ ਮੰਗੇ। ਗਰੀਬ ਨਿਵਾਜ ਦਇਆ ਕਰੋ, ਮੈਨੂੰ ਨੀਵਾਂ ਕਰੋ ਤੁਸੀਂ ਤੇ ਮੈਂ ਸਾਰਾ ਹੀ ਹੋਰ ਕਾਤੇ ਲਾਤਾ। ਜੇ ਤੁਸੀਂ ਸੁਣਿਓ, ਅਸੀਂ ਸਾਰਾ ਹੀ ਹੋਰ ਲਾਤਾ ਵੀ ਸਿਮਰਨ ਕਰਕੇ ਦੂਸਰਿਆਂ ਨਾਲੋਂ। ਸ਼ਾਬਾਸ਼, ਪਕੜ ਲਿਆ। ਬੋਲੋ ਇੱਕ ਵਾਰ, ਸਿਮਰਨ ਕਰਕੇ ਮੈਂ ਦੂਸਰਿਆਂ ਸਾਰਿਆਂ ਨਾਲੋਂ ਇਹੋ ਹੀ ਹੋਰ ਲੱਗਾ ਹੈ ਜੀ ਮੇਰੀ ਅਵਸਥਾ। ਮਗਰ ਨਹੀਂ, ਗੁਰੂ ਨਾਨਕ ਪਾਤਸ਼ਾਹ ਦੇ ਪੁੱਤਰਾ ਔਲਾ ਹੈ ਨਾ, ਔਲਾ ਵੇਖਿਆ ਔਰਾ ਗਲਾ 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 ਜਿਹਨੂੰ ਗੜੇ ਵੀ ਕਿੰਨੇ ਆਪਾਂ। ਇੱਕ ਮਿੰਟ ਦਿਓ, ਥਕਤ ਨਹੀਂ ਗਏ? ਆਖੋ ਵਾਹਿਗੁਰੂ। ਗੜਾ ਜਦੋਂ ਅਸਮਾਨ 'ਚੋਂ ਡਿੱਗਦਾ ਹੈ ਤਾਂ ਏਡਾ ਮੋਟਾ ਹੁੰਦਾ ਨਾ, ਅਤੇ ਜਿਉਂ ਜਿਉਂ ਉਹ 'ਤੇ ਬੂੰਦਾਂ ਪੈਂਦੀਆਂ ਖੁਰਦਾ ਹੈ ਕਿ ਬਣਦਾ ਹੈ? ਬੋਲੋ ਨਾ। ਜਿਉਂ ਜਿਉਂ ਨਾਮ ਦੀਆਂ ਬੂੰਦਾਂ ਉੱਤੇ ਪੈਣਗੀਆਂ ਬੰਦਾ ਖੁਰੂਗਾ, ਬੰਦੇ ਦਾ ਹੰਕਾਰ ਮਿਟੂਗਾ। ਜੇ ਸਿਮਰਨ ਕਰਕੇ ਵੀ ਆਖੇ ਮੈਂ ਉੱਚਾ ਹੋ ਗਿਆ ਤਾਂ ਸਮਝ ਲਓ ਫਿਰ ਖੁਰਿਆ ਨਹੀਂ। ਪਤਾ ਲੱਗਾ ਜੀ, ਖੁਰਿਆ ਨਹੀਂ, ਖੁਰੂਗਾ ਜਦੋਂ। ਉਦੋਂ ਇਹਦਾ ਪਾਣੀ ਦਾ ਬਣਿਆ ਸੀ ਨਾ, ਬੋਲੋ ਜੀ। ਗੜਾ ਕਾਹਦਾ ਬਣਿਆ ਸੀ? ਪਾਣੀ ਜੰਮਿਆ ਸੀ ਤਾਂ ਕੀ ਬਣਿਆ? ਗੜਾ ਬਣ ਗਿਆ। ਹੁਣ ਖੁਰਦਾ ਖੁਰਦਾ ਪਾਣੀ ਦਾ ਹੀ ਰੂਪ ਹੋ ਗਿਆ, ਰੂਪ ਹੋ ਗਿਆ ਕਹੋ ਪਾਣੀ ਦਾ ਹੀ। ਇਤਰਾ ਹੀ ਆਪਾਂ ਨੀਵੇਂ ਹੁੰਦੇ 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 ਨਿਮਰਤਾ ਲਿਆਉਂਦੇ 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 ਇੱਕ ਦਿਨ ਉਹ ਤਰ੍ਹਾਂ ਦੇ ਬਣ ਜਾਂਗੇ ਜਿਸ ਤਰ੍ਹਾਂ ਦਾ ਮੇਰਾ ਗੁਰੂ ਸੀ। ਕਿਸੇ ਨੇ ਪੁੱਛਿਆ, ਆਖੋ ਵਾਹਿਗੁਰੂ। ਗੁਰੂ ਦੇ ਦਰਸ਼ਨ ਕਿੱਥੋਂ ਕਰੀਏ? ਗੁਰੂ ਦੇ ਕਹਿੰਦੇ ਸਿੱਖ ਚੋਂ। ਇਸ ਤਰ੍ਹਾਂ ਬੈਠੋ, ਇੱਕ ਮਿੰਟ ਬੈਠੋ, ਐਂ ਗੋਡਿਆਂ ਦੇ ਹੱਥ ਰੱਖ ਕੇ ਬੋਲ। ਕਿੱਥੋਂ ਆਖਿਆ ਮੈਂ? ਬੋਲੋ। ਤੋਂ ਨਹੀਂ, ਚੋਂ ਵਿੱਚੋਂ, ਸਿੱਖ ਵਿੱਚੋਂ, ਸਿੱਖ ਦੇ ਕਿਰਦਾਰ ਵਿੱਚੋਂ। ਕਿਹਦੇ ਦਰਸ਼ਨ? ਗੁਰੂ ਦੇ। ਗੁਰੂ ਦੀ ਸਿੱਖਿਆ ਜਿੱਦਣ ਸਿੱਖ ਦੇ ਵਿੱਚ ਜੀਵਨ ਵਿੱਚੋਂ ਮਿਲਦੀ ਆ ਤਾਂ ਸਮਝ ਲਓ ਉਹ ਗੁਰੂ ਦਾ ਰੂਪ ਹੋ ਚੁੱਕਿਆ ਹੈ। ਗੁਰੂ ਦੀ ਸਰੂਪ ਦਿਸੇ ਸਿੱਖ ਵਿੱਚੋਂ, ਅਤੇ ਸਿੱਖ ਜੇ ਵੇਖਣਾ ਕਿਸੇ ਨੇ ਤਾਂ ਗੁਰੂ ਵਿੱਚੋਂ ਵੇਖੋ। ਜਦੋਂ ਉਹਦੇ ਵਿੱਚ ਲਿਖਿਆ ਹੈ ਰਹਿਣੀ ਰਹੇ ਸੋ ਸਿੱਖ ਸਫਾ ਬੰਧਪ ਹੈ ਭਾਈ ਜੇ ਗੁਰ ਕੇ ਗੁਰ ਸਤਿਗੁਰ ਕਾ ਜੋ। ਗੁਰੂ ਵਿੱਚੋਂ ਸਿੱਖ ਦੇ ਦਰਸ਼ਨ ਕਰੋ ਅਤੇ ਸਿੱਖ ਵਿੱਚੋਂ ਇਹ ਸਮੇਲ ਆ। ਇਤਨਾ ਦਾ ਜੀਵਨ ਬਣਾਉਣਾ ਤੁਸਾਂ ਗੁਰੂ ਕਿਆ ਸਿੱਖਾਂ ਨੇ। ਆਖੋ ਵਾਹਿਗੁਰੂ। ਮੇਰੀਆਂ ਧੀਆਂ ਨੇ, ਮੇਰੀਆਂ ਭੈਣਾਂ ਬੱਚੀਆਂ ਨੇ, ਜਿਨ੍ਹਾਂ ਨੇ ਦਮਾਲੇ ਸਜਾਏ ਮੁਬਾਰਕ, ਜਿਨ੍ਹਾਂ ਨਹੀਂ ਸਜਾਏ ਤੁਸੀਂ ਵੀ ਮੁਬਾਰਕ ਹੋ। ਸਿਰ ਢੱਕ ਕੇ ਰੱਖੋ ਆਪਣਾ, ਆਖੋ ਵਾਹਿਗੁਰੂ। ਕਦੀ ਵੀ ਆ ਮੁਸਲਮਾਨ ਬੱਚੀਆਂ ਵੇਖਦੀਆਂ ਜੇ, ਵੇਖਦੀਆਂ ਬਾਜ਼ਾਰ ਵਿੱਚ ਜਾਂਦੀਆਂ, ਕਿਸੇ ਦਾ ਨੰਗਾ ਸਿਰ ਵੇਖਿਆ ਜੇ ਕਦੀ? ਬੋਲੋ ਬੋਲੋ ਬੱਚੀ ਮੇਰੀ, ਉੱਚੀ ਬੋਲੋ। ਵੇਖਿਆ ਜੇ?
ਇੱਕ ਸਿੱਖ ਹੀ ਕਿਉਂ, ਜਿਹਨਾਂ ਦਾ ਐਡਾ ਚਾਰ ਪੀਰ ਜਗਤ ਗੁਰ ਬਾਬਾ ਹੋਵੇ, ਐਡਾ ਵੱਡਾ ਗੁਰੂ ਹੋਵੇ, ਗੁਰੂ ਗੋਬਿੰਦ ਸਿੰਘ ਸਾਹਿਬ ਵਰਗਾ ਸਰਬੰਸ ਵਾਰ ਜਾਵੇ ਸਿੱਖੀ ਲਈ, ਉਹਦੀਆਂ ਧੀਆਂ ਅੱਜ ਸ਼ਾਨ ਸਮਝਦੀਆਂ ਨੇ ਨੰਗੇ ਸਿਰ ਬਾਜ਼ਾਰਾਂ 'ਚ ਘੁੰਮਣਾ ਨਾ। ਸਿਰ ਢੱਕ ਕੇ ਰੱਖੋ, ਜਿਹਨਾਂ ਦਮਾਲੇ ਸਜਾਏ ਉਹ ਮੁਬਾਰਕ, ਜਿਹਨਾਂ ਨੇ ਨਹੀਂ ਸਜਾਏ ਉਹ ਚੁੰਨੀ ਸਿਰ 'ਤੇ ਰੱਖੋ, ਆਪਣੇ ਸਿੱਖ ਨੂੰ ਸਿਰ ਨੂੰ ਢੱਕ ਕੇ ਰੱਖੋ। ਮੇਰਾ ਗੁਰੂ ਤੁਹਾਨੂੰ ਅਸੀਸ ਦੇ। ਮੈਂ ਤਾਂ ਇੱਕ ਪੜ੍ਹਿਆ ਸੀ ਇਹ ਜਿਹੜੀ ਦਸਤਾਰ 'ਤੇ ਸਿਰ 'ਤੇ ਕੱਪੜਾ ਰੱਖਣਾ ਹੈ ਨਾ, ਦਸਤ ਯਾਰ, ਦਸਤ ਆਰ ਆਰ ਮਨੇ ਯਾਰ, ਇਹ ਜਿਹੜੀ ਚੁੰਨੀ ਆ ਇਹ ਮੇਰੇ ਗੁਰੂ ਗੋਬਿੰਦ ਸਿੰਘ ਦਾ ਹੱਥ ਆ, ਇਹ ਜਿਹੜਾ ਦਮਾਲਾ ਮੇਰੇ ਸਿਰ 'ਤੇ ਜਾਂ ਭੈਣ ਬੱਚੀ ਦੇ ਸਿਰ 'ਤੇ ਆ ਨਾ, ਇਹ ਗੁਰੂ ਗੋਬਿੰਦ ਸਿੰਘ ਦਾ ਦਸਤ ਮਣੇ ਹੱਥ। ਬੋਲੋ, ਦਸਤ ਯਾਰ, ਦਸਤ ਦਸਤਾਰ ਦਾ ਮਤਲਬ ਦਸਤ ਆਰ, ਇਹ ਗੁਰੂ ਗੋਬਿੰਦ ਸਿੰਘ ਦਾ ਹੱਥ ਆ। ਮੇਰਾ ਯਾਰ ਕੌਣ ਆ? ਗੁਰੂ ਗੋਬਿੰਦ ਸਿੰਘ ਸਾਹਿਬ। ਮੇਰਾ ਪਿਓ ਵੀ, ਮੇਰਾ ਭਰਾ ਵੀ, ਮੇਰਾ ਦੋਸਤ ਵੀ ਕੌਣ ਆ? ਅਤੇ ਸਮਝ ਲਓ ਜਿਹਦੇ ਸਿਰ 'ਤੇ ਕੱਪੜਾ ਹੈ ਉਹਦੇ ਸਿਰ 'ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਹੱਥ ਆ। ਨੰਗਾ ਸਿਰ ਨਾ ਰੱਖੋ, ਕੋਈ ਮਾੜੀ ਚੀਜ਼ ਨਾ ਖਾਇਓ, ਮੇਰਾ ਪੁੱਤਰ ਪੜ੍ਹਨ ਆਇਓ, ਮਾਂ ਪਿਓ ਨੇ ਤੁਹਾਡੇ 'ਤੇ ਬੜੀਆਂ ਆਸਾਂ ਲਾਈਆਂ, ਜਿਹੜੀ ਜਿਹੜੀਆਂ ਭੈਣਾਂ ਇੱਥੇ ਰਹਿੰਦੇ ਹੋ, ਵੀਰ ਇੱਥੇ ਰਹਿੰਦੇ ਹੋ, ਚੰਗੇ ਜੀਵਨ ਦੇ ਮਾਲਕ ਬਣੋ। ਕੱਲ੍ਹ ਨੂੰ ਫਿਰ ਆਪ ਜੀ ਦੇ ਦਰਸ਼ਨ ਦਦਾਰ ਕਰਾਂਗੇ। ਸ਼ਹੀਦਾਂ ਨੂੰ ਯਾਦ ਕੀਤਾ ਹੈ ਕੱਲ੍ਹ ਇਹਨਾਂ ਨੇ, ਆਖੋ ਵਾਹਿਗੁਰੂ। ਗੁਰੂ ਰਾਮਦਾਸ ਪਾਤਸ਼ਾਹ ਕਿਰਪਾ ਕਰੇ, ਆਪਾਂ ਉਸ ਵਿਚਾਰਧਾਰਾ ਨੂੰ ਵੀ ਸਾਹਮਣੇ ਲਿਆਵਾਂਗੇ ਜਿਹੜੀ ਵਿਚਾਰਧਾਰਾ ਕਿਸੇ ਲਈ ਕੁਰਬਾਨ ਹੋ ਜਾਣਾ, ਕਿਸੇ ਦੀਆਂ ਲਾਸ਼ਾਂ ਲੱਭ ਲੱਭ ਕੇ ਸਿਸਟਮ ਦੇ ਅੱਗੇ ਰੱਖਣੀਆਂ। ਤੁਸੀਂ ਕਹਿੰਦੇ ਹੋ ਮਾਰੇ ਨਹੀਂ, ਆਹ ਫੁੱਲ ਕਿੰਨਾ ਦੇ ਨੇ, ਕੀਤਾ ਕਿ ਨਹੀਂ, ਬੋਲੋ ਜੀ ਗੁਰੂ ਕਿਸੇ ਕੋਲ, ਇਹ ਮੜੀਆਂ 'ਚੋਂ ਰਿਕਾਰਡ ਕਾਹਦਾ ਮਿਲਿਆ ਹੈ, ਉਹ ਵੀ ਆਪਾਂ ਵਿਚਾਰਾਂਗੇ। ਸਾਰਿਆਂ ਦਾ ਭਲਾ, ਸਾਰਿਆਂ ਦੇ ਘਰ ਵਿੱਚ ਨੇਤਨੇਮ ਆਵੇ। ਵਾਹਿਗੁਰੂ ਜੀ ਕਾ ਖਾਲਸਾ।